ਸਾਰੇ ਜਾਣਦੇ ਆ ਪਿੰਡ ਦੂਜੇ ਨੂੰ ਦੋ ਚਾਰ ਜਿਹੜੇ ਨਵੇਂ ਹੈਗੇ ਆ ਜਿੱਦਾਂ ਮੈਂ ਦੱਸਿਆ ਮੇਰਾ ਨਾਮ ਜਗਜੀਤ ਸਿੰਘ ਔਰ ਇਸ ਬਿਜ਼ਨਸ ਸਾਨੂੰ ਫਰਵਰੀ 13 ਸਾਲ ਹੋ ਜਾਣਗੇ ਔਰ ਜੋ ਇਹ 13 ਸਾਲਾਂ ਦੇ ਵਿੱਚ ਸਿੱਖਿਆ ਹੈਗਾ ਹੁਣ ਆਪਾਂ 13 ਮਿੰਟਾਂ ਦੇ ਵਿੱਚ ਤਾਂ ਨਹੀਂ ਦੱਸ ਪਾਵਾਂਗੇ ਔਰ ਅੱਜ ਆਪਾਂ 10 ਵਜੇ ਤੱਕ ਗੱਲ ਕਰਾਂਗੇ ਅਗਰ ਤੁਸੀਂ ਉਹ ਚੀਜ਼ ਆਪਣੇ ਦਿਮਾਗ 'ਚ ਤੁਸੀਂ ਰੱਖ ਲੈਣਾ ਜੋ ਮੈਂ ਇਸ ਬਿਜ਼ਨਸ 'ਚ ਆ ਕੇ ਸਿੱਖਿਆ ਵਾ ਜੀ ਜਿਸ ਦਿਨ ਵੀ ਤੁਸੀਂ ਲੇਟ ਹੋਏ ਸੀ ਉਸ ਟਾਈਮ ਜਿਹੜੀ ਤੁਹਾਨੂੰ ਫੀਲਿੰਗ ਆਈ ਸੀ ਅਗਰ ਤੁਸੀਂ ਉਹਨੂੰ ਨਹੀਂ ਭੁੱਲਦੇ ਹੈਗੇ ਤਾਂ ਐਵੇਂ ਬਿਜ਼ਨਸ ਬਹੁਤ ਹੀ ਫਾਸਟ ਤੁਸੀਂ ਡਾਇਮੰਡ ਕਰਾਉਣ ਜਾ ਸਕਦੇ ਹੈਗੇ ਜਦੋਂ ਵੀ ਤੁਹਾਡੀ ਕਿਤੇ ਇਨਸਲਟ ਹੋਈ ਸੀਗੀ ਜੇ ਉਹਨੂੰ ਹਮੇਸ਼ਾ ਦਿਮਾਗ 'ਚ ਰੱਖਦੇ ਹੈਗੇ ਪਾਸਟ ਡੈਡ ਜ਼ਰੂਰ ਹੈਗਾ ਪਰ ਪਾਸਟ ਨੂੰ ਆਪਾਂ ਯਾਦ ਰੱਖੀਏ ਵੀ ਸਕਸੈਸ ਹੋਣ ਲਈ ਵੀ ਇਹ ਚੀਜ਼ ਸਾਡੇ ਨਾਲ ਦੁਬਾਰਾ ਨਾ ਹੋਵੇ ਜਿਹੜੀ ਅੱਜ ਹੋ ਗਈ ਹੈ ਉਹ ਦੁਬਾਰਾ ਨਾ ਹੋਵੇ ਰਾਈਟ ਤਾਂ ਇੱਦਾਂ ਆਪਾਂ ਗੱਲ ਕਰਾਂਗੇ ਤਾਂ ਬੜਾ ਟਾਈਮ ਲੱਗ ਜਾਏਗਾ ਮੈਂ ਕੁਛ ਹੋਰ ਸੋਚਦਾ ਪਿਆ ਜਿਹੜਾ ਮੈਂ ਕੱਲ੍ਹ ਮੀਟਿੰਗ 'ਚ ਕੀਤਾ ਜਾਂ ਜੋ ਵੀ ਅਸੀਂ ਗੱਲਬਾਤ ਕਰਦੇ ਹਾਂ ਥੋੜ੍ਹਾ ਜਿਹਾ ਆਪਾਂ ਅੰਡਰਸਟੈਂਡ ਕਰਦੇ ਹੈਗੇ ਇਸ ਬਿਜ਼ਨਸ ਨੂੰ ਜਾਂ ਸਿਸਟਮ ਕੀ ਹੈਗਾ ਵਾ ਸਭ ਤੋਂ ਪਹਿਲੀ ਚੀਜ਼ ਆਪਾਂ ਸਟੱਡੀ ਕਰੀਏ ਵੀ ਜਿਹੜੀ ਸਾਰੀ ਦੁਨੀਆ ਹੈਗੀ ਆ ਆਪਣੇ ਦਿਮਾਗ ਦੇ ਵਿੱਚ ਫਿੱਟ ਕਰ ਲਈਏ ਜਿੰਨੀ ਵੀ ਦੁਨੀਆ ਹੈਗੀ ਆ ਜਿੰਨੀ ਵੀ ਦੁਨੀਆ ਰਾਈਟ ਚਾਹੇ ਉਹ ਇੰਡੀਆ ਵਾ ਚਾਹੇ ਪੂਰੀ ਆਪਾਂ ਵਰਲਡ ਦੀ ਗੱਲ ਕਰੀਏ ਹਰ ਇੱਕ ਬੰਦਾ ਜਿਹੜਾ ਕੰਮ ਕਰਦਾ ਵਾ ਉਹ ਪੈਸੇ ਲਈ ਕਰਦਾ ਵਾ ਔਰ ਪੈਸਾ ਕਮਾਉਣ ਲਈ ਟਾਈਮ ਲਾਉਂਦਾ ਕਲੀਅਰ ਹੈ ਕੋਈ ਡਾਊਟ ਤਾਂ ਨਹੀਂ ਹੈਗਾ ਮਤਲਬ ਪਹਿਲਾਂ ਸਾਡੇ ਦਿਮਾਗ 'ਚ ਇਹ ਚੀਜ਼ ਕਲੀਅਰ ਹੋ ਜਾਏ ਕਿਉਂਕਿ ਪਰਮਾਤਮਾ ਨੇ ਸਾਰੇ ਬੰਦੇ ਸੇਮ ਬਣਾਏ ਆ ਕਿਸੇ 'ਚ ਕੋਈ ਫਰਕ ਨਹੀਂ ਪਾਇਆ ਹੈਗਾ ਔਰ ਸਾਰੇ ਜਣੇ ਕੰਮ ਕਰਦੇ ਆ ਸਾਰਿਆਂ ਨੂੰ 24 ਘੰਟੇ ਦਿੱਤੇ ਆ ਕਿਸੇ ਨੂੰ ਵੱਧ ਘੱਟ ਨਹੀਂ ਦਿੱਤਾ ਹੈਗਾ ਕਿਉਂਕਿ ਜੇ ਕਿਸੇ ਨਾਲ ਉਹਨੇ ਦਵੈਤ ਕੀਤੀ ਹੈ ਜਾਂ ਮਤਲਬ ਅਲੱਗ ਰੱਖਿਆ ਹੈਗਾ ਤਾਂ ਇਹਦਾ ਮਤਲਬ ਉਹ ਪਰਮਾਤਮਾ ਨਹੀਂ ਹੈਗਾ ਇਹ ਆਪਣੇ ਦਿਮਾਗ 'ਚ ਬਿਲਕੁਲ ਕਲੀਅਰ ਹੋਣਾ ਚਾਹੀਦਾ ਜ਼ਿਆਦਾਤਰ ਲੋਕ ਰੋਂਦੇ ਰਹਿੰਦੇ ਪਰਮਾਤਮਾ ਮੇਨ ਵਾਲੀ ਕਿਉਂ ਐਂ ਕਰਦੇ ਹੋ ਕਿਉਂਕਿ ਤੇਰੀ ਸੋਚ ਉੱਦਾਂ ਦੀ ਹੈਗੀ ਹੈ ਤੇਰੀ ਐਸੋਸੀਏਸ਼ਨ ਉੱਦਾਂ ਦੀ ਹੈਗੀ ਹੈ ਜਿਵੇਂ ਥੋੜ੍ਹੇ ਦਿਨ ਪਹਿਲਾਂ ਵੀਡੀਓ ਨਹੀਂ ਆਈ ਸੀਗੀ ਉਹ ਕਹਿੰਦਾ ਮੇਰਾ ਪੜ੍ਹਾਈ 'ਚ ਮਨ ਨਹੀਂ ਲੱਗਦਾ ਸੀਗਾ ਛੋਟਾ ਜਿਹਾ ਜਵਾਕ ਸੀਗਾ ਕਹਿੰਦਾ ਮੇਰਾ ਪੜ੍ਹਾਈ 'ਚ ਮਨ ਨਹੀਂ ਲੱਗਦਾ ਸੀਗਾ ਕਹਿੰਦਾ ਉਹ ਤੋਂ ਬਾਅਦ 'ਚ ਕਹਿੰਦਾ ਮੈਂ ਹੁਸ਼ਿਆਰ ਜਵਾਕਾਂ ਕੋਲੇ ਬੈਠਣ ਲੱਗ ਗਿਆ ਕਹਿੰਦਾ ਹੁਣ ਉਹਨਾਂ ਦਾ ਵੀ ਨਹੀਂ ਲੱਗਦਾ ਰਾਈਟ ਤਾਂ ਮਤਲਬ ਕੀ ਹੈ ਵੀ ਜੇ ਤੁਹਾਡਾ ਮਾਇੰਡ ਜਿਹੜਾ ਹੈਗਾ ਜਿਹੜੀ ਐਸੋਸੀਏਸ਼ਨ ਹੈਗੀ ਥੋੜ੍ਹਾ ਜਿਹਾ ਉਹਨੂੰ ਸਮਝੋ ਵੀ ਅਸੀਂ ਕਿੱਥੇ ਬੈਠਦੇ ਹੈਗੇ ਐਕਚੁਅਲ ਮਾਇੰਡ ਜਿਹੜੀ ਪਰਮਾਤਮਾ ਨੂੰ ਜੇ ਤੁਸੀਂ ਬਲੇਮ ਦੇ ਰਹੇ ਹੋ ਤਾਂ ਇਟ ਮੀਨ ਤੁਹਾਨੂੰ ਸਮਝ ਹੀ ਨਹੀਂ ਹੈਗੀ ਲਾਈਫ ਤਾਂ ਇਹ ਚੀਜ਼ਾਂ ਅਸੀਂ ਇੱਥੋਂ ਆ ਕੇ ਸਿੱਖੀਆਂ ਵੀ ਜਿਹੜਾ ਬਲੇਮਿੰਗ ਮੋਡ ਹੁੰਦਾ ਵਾ ਐਟੀਟਿਊਡ ਇਹ ਸਾਰੀਆਂ ਚੀਜ਼ਾਂ ਅਸੀਂ ਇੱਥੋਂ ਹੀ ਸਿੱਖੀਆਂ ਹੈਗੀਆਂ ਤਾਂ ਇੱਕ ਚੀਜ਼ ਨੂੰ ਸਮਝੋ ਵੀ ਪਰਮਾਤਮਾ ਨੇ ਦੁਨੀਆ ਸੇਮ ਬਣਾਈ ਆ ਸਾਰਿਆਂ ਨੂੰ 24 ਘੰਟੇ ਦਿੱਤੇ ਆ ਉਹਨਾਂ 24 ਘੰਟਿਆਂ ਨੂੰ ਯੂਜ਼ ਕਰਕੇ ਲੋਕਾਂ ਨੇ ਪੈਸਾ ਕਮਾਇਆ ਹੈਗਾ ਹੋਰ ਕੋਈ ਫਰਕ ਨਹੀਂ ਹੈਗਾ ਉਹ 24 ਘੰਟਿਆਂ ਦੇ ਵਿੱਚੋਂ ਟਾਈਮ ਨੂੰ ਯੂਜ਼ ਕੀਤਾ ਪੈਸਾ ਕਮਾਇਆ ਔਰ ਟਾਈਮ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਕੰਮ ਕੀਤਾ ਔਰ ਆਪਣੀਆਂ ਨੀਡਸ ਜਿਹੜੀਆਂ ਹੈਗੀਆਂ ਨੇ ਉਹ ਪੂਰੀਆਂ ਕੀਤੀਆਂ ਆਪਣੀਆਂ ਜਿਹੜੀਆਂ ਜ਼ਰੂਰਤਾਂ ਹੈਗੀਆਂ ਪੂਰੀ ਦੁਨੀਆ ਇਹੀ ਕੰਮ ਕਰਦੀ ਹੈਗੀ ਆ ਔਰ ਜਿਹੜਾ ਪੈਸਾ ਕਮਾਉਣ ਲਈ ਕੰਮ ਕਰਦੀ ਹੈਗੀ ਆ ਜਿੱਦਾਂ ਆਪਾਂ ਦੇਖਿਆ ਗਿਆ ਇੰਪਲੋਈ ਸੈਲਫ ਇੰਪਲਾਈ ਬਿਜ਼ਨਸਮੈਨ ਤੇ ਇਨਵੈਸਟਰ ਜਦੋਂ ਮੈਂ ਪੈਟਰੋਲ ਪੰਪ ਚਲਾ ਰਿਹਾ ਸੀ ਮੈਨੂੰ 15 ਸਾਲ ਹੋ ਗਏ ਸੀਗੇ ਉਸ ਟਾਈਮ ਮੈਨੂੰ ਨਹੀਂ ਪਤਾ ਸੀਗਾ ਪੈਸਾ ਕਿੱਦਾਂ ਕਮਾਇਆ ਜਾਂਦਾ ਮੈਨੂੰ ਤਾਂ ਇਹੀ ਪਤਾ ਸੀ ਪੈਟਰੋਲ ਪੰਪ ਤੇ ਕੰਮ ਕਰੋ ਰਾਈਟ ਘਰੋਂ ਪੰਪ ਤੇ ਇੱਕ ਪੰਪ ਤੋਂ ਦੂਜੇ ਪੰਪ ਤੇ ਫਿਰ ਆੜ ਤਲੇ ਪਾਸੇ ਔਰ ਸਵੇਰੇ 8 ਵਜੇ ਘਰੋਂ ਨਿਕਲੋ ਰਾਤੀ 12 ਵਜੇ ਆ ਜਾਓ ਬਟ ਮੈਨੂੰ ਇਹ ਨਹੀਂ ਪਤਾ ਫਾਰਮੂਲੇ ਕੀ ਆ ਪੈਸਾ ਕਮਾਉਣ ਦੇ ਠੀਕ ਆ ਮੇਰੇ ਕੋਲ ਬੰਦੇ ਜੋਬ ਕਰਦੇ ਸੀਗੇ ਤਾਂ ਮੈਂ ਆਪਣੇ ਆਪ ਨੂੰ ਬਿਜ਼ਨਸਮੈਨ ਸਮਝਦਾ ਸੀ ਫਿਰ ਮੈਨੂੰ ਪਤਾ ਲੱਗਾ ਮੈਂ 8 ਵਜੇ ਘਰੋਂ ਨਿਕਲਦਾ ਰਾਤੀ 12 ਵਜੇ ਆਉਂਦਾ ਮੈਂ ਬਿਜ਼ਨਸਮੈਨ ਨਹੀਂ ਹੈਗਾ ਮੈਂ ਸੈਲਫ ਇੰਪਲਾਈ ਹੈਗਾ ਜਿਹੜਾ ਕੰਮ ਮੈਂ ਹੀ ਦੇਖ ਰਿਹਾ ਵਾਂ ਜਿਹੜਾ ਬੰਦਾ ਆਪਣਾ ਕੰਮ ਖੁਦ ਹੀ ਦੇਖਦਾ ਹੈਗਾ ਉਹ ਸੈਲਫ ਇੰਪਲਾਈ ਹੈਗਾ ਰਾਈਟ ਤਾਂ ਇਹ ਚੀਜ਼ਾਂ ਇੱਥੇ ਆ ਕੇ ਮੈਨੂੰ ਪਤਾ ਲੱਗੀਆਂ ਜਦੋਂ ਮੈਂ ਉਸ ਬੰਦੇ ਦੀ ਬੁੱਕ ਪੜ੍ਹੀ ਜਿਹੜਾ ਟਰੰਪ ਦਾ ਪਾਰਟਨਰ ਹੈਗਾ ਬਿਜ਼ਨਸ ਪਾਰਟਨਰ ਰਾਈਟ ਜਿਹੜਾ ਬੰਦਾ ਅਮਰੀਕਾ ਜਿਹੜੀ ਕੰਟਰੀ ਦਾ ਉਹਦਾ ਰਾਸ਼ਟਰਪਤੀ ਹੈ ਰਾਈਟ ਰਾਸ਼ਟਰਪਤੀ ਕਹਾਂਗੇ ਆਪਾਂ ਰਾਈਟ ਤਾਂ ਉਹ ਬੰਦੇ ਦਾ ਪਾਰਟਨਰ ਆ ਉਹਦੀ ਬੁੱਕ ਪੜ੍ਹ ਕੇ ਪਤਾ ਲੱਗਿਆ ਵੀ ਇਹ ਸਾਰਾ ਸਿਸਟਮ ਇੱਦਾਂ ਹੈਗਾ ਪੈਸਾ ਕਮਾਉਣ ਦੇ ਤਰੀਕੇ ਹੈਗੇ ਰਾਈਟ ਉਸ ਤੋਂ ਬਾਅਦ ਦੇ ਵਿੱਚ ਕੀ ਪਤਾ ਲੱਗਿਆ ਜਿਹੜੀਆਂ ਅਗਲੀਆਂ ਚੀਜ਼ਾਂ ਸਮਝ ਆਈਆਂ ਵੀ ਇਹ ਜਿਹੜੇ ਬੰਦੇ ਸਾਰੇ ਹੈਗੇ ਆ ਉਹ ਇਸ ਪ੍ਰੋਫੈਸ਼ਨ ਦੇ ਵਿੱਚ ਹੈਗੇ ਆ ਜਿੰਨੀ ਵੀ ਦੁਨੀਆ ਹੈਗੀ ਆ ਕੋਈ ਪਰਮਾਤਮਾ ਨੇ ਐਕਸਟਰਾ ਨਹੀਂ ਬਣਾਇਆ ਹੈਗਾ ਹਰ ਇੱਕ ਲਈ ਰੂਲ ਸੇਮ ਹੈਗੇ ਚਾਹੇ ਡਾਕਟਰ ਆ ਚਾਹੇ CA ਆ ਚਾਹੇ ਐਡਵੋਕੇਟ ਆ ਚਾਹੇ ਫਾਰਮਰ ਆ ਚਾਹੇ ਸ਼ੌਪਕੀਪਰ ਆ ਚਾਹੇ ਸਟੂਡੈਂਟ ਆ ਹਰੇਕ ਲਈ ਫਾਰਮੂਲਾ ਸੇਮ ਹੈਗਾ ਮਤਲਬ ਸਾਰੇ ਬੰਦੇ ਸੇਮ ਹੈਗੇ ਇਹ ਚੀਜ਼ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਹੈਗਾ ਤੁਹਾਡੇ ਮਨ ਦੇ ਵਿੱਚ ਹੋ ਜੇ ਜਿਹਨੂੰ ਵੀ ਅਸੀਂ MBA ਬਿਜ਼ਨਸ ਦਿਖਾਉਣ ਜਾ ਰਹੇ ਹਾਂ ਉਹ ਚਾਹੇ ਕਿਸੇ ਵੀ ਪ੍ਰੋਫਾਈਲ ਦਾ ਹੋਵੇ MBA ਤੋਂ ਵੱਡੇ ਕੰਮ 'ਚ ਨਹੀਂ ਉਹ ਹੈਗਾ ਰਾਈਟ ਉਹਨੂੰ ਕੰਮ 'ਤੇ ਜਾਣਾ ਪੈਂਦਾ ਪੈਸੇ ਆਉਂਦੇ ਆ ਤਾਂ ਆਪਣੇ ਮਨ ਦੇ ਵਿੱਚ ਜਿਹੜਾ ਅਨਬੈਲੈਂਸ ਹੁੰਦਾ ਵਾ ਇਹ ਤਗੜਾ ਬੰਦਾ ਵਾ ਇਹ ਮਾੜਾ ਬੰਦਾ ਵਾ ਇੱਦਾਂ ਵਾ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੇ ਦਿਮਾਗ 'ਚੋਂ ਨਿਕਲ ਜਾਣਗੀਆਂ ਕਿਉਂਕਿ ਉਹ ਆਲਰੇਡੀ ਵੀ ਕੰਮ ਕਰਦਾ ਹੈਗਾ ਸਿਰਫ ਆਪਾਂ ਕਨਵਰਟ ਕਰਦੇ ਹੈਗੇ ਉਹਨੂੰ ਨੈਟਵਰਕਿੰਗ ਵਾਲੇ ਪਾਸੇ ਠੀਕ ਹੋ ਗਿਆ ਔਰ ਸੈਕਿੰਡ ਜਿਹੜੀ ਚੀਜ਼ ਹੈਗੀ ਜਿਹੜਾ ਬਿਜ਼ਨਸ ਪਲਾਨ ਹੈਗਾ ਸਭ ਤੋਂ ਪਹਿਲਾਂ ਜਿਹੜਾ ਇਨਸੈਂਟਿਵ ਮਿਲਦਾ ਹੈਗਾ ਉਹ CSI ਹੈਗਾ ਕਸਟਮਰ ਸੇਲਸ ਇਨਸੈਂਟਿਵ ਕਿਉਂਕਿ ਬਹੁਤ ਲੋਕ ਨਵੇਂ ਹੈਗੇ ਆ ਉਹ 10% ਮਿਲਦਾ ਹੈਗਾ ਸਾਨੂੰ ਰਾਈਟ ਜਿਹੜੇ ਇਹ ਕਸਟਮਰ 'ਤੇ ਮਿਲਦਾ ਹੈਗਾ
ਨਾਟ ਕਿ ਬੰਦਾ ਆਪਣੇ ਨੰਬਰ ਤੇ ਪਾਵੇ ਉਹਨੂੰ ਮਿਲੇਗਾ ਕਸਟਮਰ ਤੇ ਮਿਲੇਗਾ ਔਰ ਉਸ ਤੋਂ ਪਹਿਲਾਂ ਉਹ ਐਮ ਆਰ ਪੀ ਵਾਲੀ ਜਿਹੜੀ ਚੀਜ਼ ਹੈਗੀ ਹੈ ਉਹ ਡੀ ਏ ਪੀ ਤੇ ਖਰੀਦੇਗਾ ਆਪਣਾ ਨੰਬਰ ਲਏਗਾ ਇਹਦੇ ਵਿੱਚ ਫਰਕ ਹੋਏਗਾ ਜਦੋਂ ਵੈਬਸਾਈਟ ਖੋਲੇਗਾ ਐਮ ਏ ਡੋਟ ਐਨ ਖੋਲੇਗਾ ਉਹਦੇ 'ਚ ਉਹਨੂੰ ਪਤਾ ਲੱਗੇਗਾ ਐਮ ਆਰ ਪੀ ਆਹ ਚੀਜ਼ ਦੀ ਹੈਗੀ ਆ ਜਦੋਂ ਉਹਦਾ ਨੰਬਰ ਇਸ਼ੂ ਹੋ ਜਾਏਗਾ ਕਸਟਮਰ ਨੂੰ ਵੀ ਉਹੀ ਡੀ ਏ ਪੀ ਹੈ ਦੈਨ ਏ ਵੀ ਓ ਨੂੰ ਵੀ ਡੀ ਏ ਪੀ ਦੇ ਮਿਲੇਗਾ ਕਲੀਅਰ ਹੈ ਉਹਦਾ ਜੋ ਵੀ ਫਰਕ ਹੋਏਗਾ ਉਹ ਪ੍ਰੈਜੈਂਟ ਹੀ ਤੁਹਾਨੂੰ ਦਿਸੇਗਾ ਵੀ ਇੰਨੇ ਰੁਪਏ ਦਾ ਐਮ ਆਰ ਪੀ ਸੀਗਾ ਤੇ ਇੰਨੇ ਰੁਪਏ ਦੀ ਮੈਨੂੰ ਇਹ ਚੀਜ਼ ਮਿਲ ਰਹੀ ਹੈਗੀ ਆ ਇੱਕ ਇਹਦੇ ਹੋਰ ਚੀਜ਼ ਹੈਗੀ ਐਮ ਬੇ 'ਚ ਚਲੋ ਐਮ ਬੇ ਦਾ ਕੋਈ ਹੈ ਹੀ ਨਹੀਂ ਗਾ ਕੰਪੈਰੀਜ਼ਨ 'ਚ ਨਹੀਂ ਹੈਗਾ ਵੀ ਸਾਰਾ ਕੁਝ ਟ੍ਰਾਂਸਪੇਰੈਂਟ ਹੈ ਮਤਲਬ ਕੋਈ ਵੀ ਪੜ੍ਹਦਾ ਨਹੀਂ ਹੈਗਾ ਚਾਹੇ ਨਵਾਂ ਬੰਦਾ ਵੈਬਸਾਈਟ ਤੇ ਚਲਾ ਜਾਵੇ ਚਾਹੇ ਪੁਰਾਣਾ ਬੰਦਾ ਵੈਬਸਾਈਟ ਤੇ ਚਲਾ ਜਾਵੇ ਸਾਰਿਆਂ ਲਈ ਪ੍ਰੋਸੀਜਰ ਸੇਮ ਹੈਗਾ ਵਾ ਉਸ ਤੋਂ ਬਾਅਦ ਦੇ ਵਿੱਚ ਟ੍ਰੇਡ ਡਿਸਕਾਊਂਟ ਹੈਗਾ ਉਹ ਮਿਲਦਾ ਹੈਗਾ ਏ ਬੀ ਓ ਨੂੰ ਜਿਹੜਾ ਬੰਦਾ ਆਲਰੇਡੀ ਡਿਸਟ੍ਰੀਬਿਊਟਰ ਹੈਗਾ ਵਾ ਡਿਸਟ੍ਰੀਬਿਊਟਰ ਬਣਨ ਲਈ ਆਪਾਂ ਪੈਨ ਕਾਰਡ ਆਧਾਰ ਕਾਰਡ ਆਈ ਡੀ ਦਿੰਦੇ ਹੈਗੇ ਕਸਟਮਰ ਬਣਨ ਲਈ ਆਪਾਂ ਨੂੰ ਕੁਛ ਨਹੀਂ ਦੇਣਾ ਪੈਂਦਾ ਸਿਰਫ ਡਿਟੇਲ ਦੇਣੀ ਪੈਂਦੀ ਹੈਗੀ ਰਾਈਟ ਔਰ ਇਸ ਤੋਂ ਅੱਗੇ ਜਿਹੜਾ ਹੈਗਾ ਵਾ ਇਨਸੈਂਟਿਵ ਹੈਗਾ 3% ਤੋਂ ਲੈ ਕੇ 21% ਤੱਕ ਰਾਈਟ ਇਹ ਟੋਟਲੀ ਜਿਹੜੇ ਹੈਗੇ ਨੇ ਕਿਉਂਕਿ ਐਮ ਏ ਕਾਰਪੋਰੇਸ਼ਨ ਜਿਹੜੀ ਚੀਜ਼ ਬਹੁਤ ਦੇਰ ਬਾਅਦ ਲੋਕਾਂ ਨੂੰ ਸਮਝ ਆਉਂਦੀ ਹੈ ਚਾਹੇ ਸਾਲ ਵੀ ਲੱਗ ਸਕਦਾ 2 ਸਾਲ ਵੀ ਲੱਗ ਸਕਦੇ ਆ 5 ਸਾਲ ਵੀ ਲੱਗ ਸਕਦੇ ਐਮ ਏ 'ਚ ਰਹਿੰਦੇ ਹੋਏ 10 ਸਾਲ ਵੀ ਲੱਗ ਸਕਦੇ ਵੀ ਐਮ ਏ ਕੰਪਨੀ ਹੈਗੀ ਆ ਪ੍ਰੋਡਕਟ ਬਣਾਉਂਦੀ ਹੈ ਔਰ ਜਿਹੜੇ ਪੈਸੇ ਦਿੰਦੀ ਹੈਗੀ ਆ ਉਹ ਸੇਲ ਤੇ ਦਿੰਦੀ ਹੈਗੀ ਆ ਬੰਦਿਆਂ ਤੇ ਨਹੀਂ ਦਿੰਦੀ ਹੈਗੀ ਤਾਂ ਸਾਡੇ ਦਿਮਾਗ 'ਚ ਆਉਂਦਾ ਬੰਦੇ ਬਣਾਉਣੇ ਹੈਗੇ ਜਦੋਂ ਵੀ ਨਵਾਂ ਬੰਦਾ ਆਉਂਦਾ ਜਾਂ ਨਵਾਂ ਕੀ ਭਾਵੇਂ 10 ਸਾਲ ਪੁਰਾਣਾ ਹੋ ਗਿਆ ਹੋਵੇ ਉਹ ਬੰਦੇ ਹੀ ਲੱਭੀ ਜਾਂਦਾ ਹੈਗਾ ਵੀ ਬੰਦੇ ਕਿੱਦਾਂ ਆ ਸਕਦੇ ਆ ਮੇਰੀ ਟੀਮ 'ਚ ਬੰਦੇ ਕਿੱਦਾਂ ਆ ਸਕਦੇ ਆ ਮੇਰੀ ਟੀਮ ਕਿੱਦਾਂ ਬਣ ਸਕਦੀ ਹੈ ਬੰਦੇ ਕਿੱਦਾਂ ਲੈ ਕੇ ਆਵਾਂ ਬੰਦੇ ਕਿੱਦਾਂ ਲੈ ਕੇ ਆਵਾਂ ਪਰ ਪੈਸੇ ਕਾਹਤੇ ਮਿਲਦੇ ਸੇਲ ਦੇ ਮਿਲਦੇ ਤੇ ਬੰਦਾ ਕਰ ਕੀ ਰਿਹਾ ਬੰਦੇ ਲੱਭ ਰਹੇ ਕੰਪਨੀ ਪੈਸੇ ਸੇਲ ਤੇ ਦਿੰਦੀ ਹੈਗੀ ਆ ਤਾਂ ਇਹ ਜਿਹੜੇ ਸਾਰੇ ਇਨਸੈਂਟਿਵ ਹੈਗੇ ਸੇਲ ਤੇ ਹੈਗੇ 20,000 ਰੁਪਏ ਦੀ ਸੇਲ ਹੋ ਜਾਏਗੀ ਤੇ 3% ਹੈਗਾ ਵਾ ਔਰ 60,000 ਰੁਪਏ ਦੀ ਸੇਲ ਹੋਏਗੀ ਤੁਹਾਡੇ ਨੰਬਰ ਤੇ ਜਾਂ ਤੁਹਾਡੇ ਨੰਬਰ ਦੇ ਥਰੂ ਤੇ 60,000 ਤੇ 6% ਹੈ 9% ਹੈ 2,40,000 ਤੇ ਜਿਹਨੂੰ ਨਹੀਂ ਸਮਝ ਆਇਆ ਜਿੱਦਾਂ ਹਰਪ੍ਰੀਤ ਮੈਮ ਨੇ ਕੁਝ ਗੱਲਾਂ ਬਾਤਾਂ ਕਹੀਆਂ ਹੈਗੀਆਂ ਨੇ ਬੜੀ ਅੱਛੀ ਗੱਲ ਆ ਮੈਨੂੰ ਬੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਮੈਂ ਕਿਹਾ ਵੀ ਕਿਸੇ ਦਿਨ ਫੇਰ ਮੀਟਿੰਗ ਸ਼ੇਅਰ ਕਰਾਂਗੇ ਜਿੱਦਾਂ ਕਾਰਡੀਨਲ ਰੂਲ ਦੀ ਗੱਲ ਕੀਤੀ ਜਾਂ ਦੂਸਰੀ ਤੁਸੀਂ ਗੱਲ ਕੀਤੀ ਹੈਗੀ ਆ ਜਾਂ ਜਿੰਨੀਆਂ ਵੀ ਉਹਨਾਂ ਨੇ ਗੱਲਾਂ ਦੱਸੀਆਂ ਸਿਸਟਮ ਦੇ ਵਿੱਚ ਸਿਰਫ ਇੱਕ ਕਿਤਾਬ ਹੈਗੀ ਆ ਤੁਸੀਂ ਉਹਨੂੰ ਰੱਟੇ ਲਾ ਲਓ ਮੈਂ ਤੁਹਾਨੂੰ ਐਕਸਪੀਰੀਅੰਸ ਦੱਸਦਾ ਆਪਣੇ 13 ਸਾਲਾਂ ਦਾ ਮੇਰੀ ਟੀਮ 'ਚ ਬਹੁਤ ਇੱਦਾਂ ਦੇ ਬੰਦੇ ਹੈਗੇ ਆ 2-2 ਸਾਲ ਹੋ ਗਏ 4-4 ਸਾਲ ਹੋ ਗਏ 5-5 ਸਾਲ ਹੋ ਗਏ ਜਿਨ੍ਹਾਂ ਨੂੰ ਕਾਰਡੀਨਲ ਰੂਲ ਨਹੀਂ ਪਤਾ ਹੈਗੇ ਪਾਵਰਸ ਨਹੀਂ ਪਤਾ ਹੈਗੇ ਜਿਹੜੇ ਬੀਬੀਐਸ ਰੈਗੂਲਰ ਅਟੈਂਡ ਕਰ ਰਹੇ ਆ ਰੈਗੂਲਰ ਸੈਮੀਨਾਰ ਤੇ ਜਾ ਰਹੇ ਹੈਗੇ ਆ ਜਦੋਂ ਵੀ ਕਿਸੇ ਸਪੀਕਰ ਨੂੰ ਸੁਣਦੇ ਹੈਗੇ ਆ ਉਹੀ ਆਪਦੀ ਟੀਮ 'ਚ ਅਪਲਾਈ ਕਰ ਲੈਂਦੇ ਹੈਗੇ ਹਾਲਾਂਕਿ ਹਰੇਕ ਸਪੀਕਰ ਬੋਲ ਕੇ ਜਾਂਦਾ ਹੈਗਾ ਵੀ ਤੁਸੀਂ ਸੁਣੋ ਸਾਨੂੰ ਸਾਰਿਆਂ ਨੂੰ ਬਟ ਕੋਈ ਵੀ ਚੀਜ਼ ਨਵੀਂ ਕਰਨੀ ਹੈ ਤਾਂ ਆਪਦੀ ਅਪਲਾਈ ਨੂੰ ਪੁੱਛ ਕੇ ਕਰਨੀ ਹੈਗੀ ਆ ਔਰ ਸੀ ਡੀ ਦੇ ਨੋਟਸ ਵੀ ਬਣਾਉਂਦੇ ਆ ਸਾਰਾ ਕੁਛ ਕਰਦੇ ਹੈਗੇ ਬਟ ਫਿਰ ਵੀ ਆਪਦਾ ਮਾਈਂਡ ਅਪਲਾਈ ਕਰਦੇ ਮੈਂ ਟਰਾਈ ਕਰਕੇ ਦੇਖਦਾ ਹੈਗਾ ਕਿਉਂਕਿ ਟਾਈਮ ਖੁੱਲ੍ਹਾ ਹੈਗਾ ਬੰਦੇ ਕੋਲ ਉਹਨੂੰ ਪਤਾ ਹੈਗਾ ਵੀ ਮੈਂ ਬਹੁਤ ਲੰਮੀ ਜ਼ਿੰਦਗੀ ਜੀਣੀ ਹੈਗੀ ਹੈਲੋ ਰਾਈਟ ਤਾਂ ਉਸ ਤੋਂ ਅੱਗੇ 4 ਲੱਖ ਦੇ ਉੱਪਰ 15% 7 ਲੱਖ ਦੇ ਉੱਪਰ 18% 10 ਲੱਖ ਦੇ ਉੱਪਰ 21% ਰਾਈਟ ਇਹ ਸਾਰਾ ਕੁਛ ਇਸ ਕਿਤਾਬ ਦੇ ਵਿੱਚ ਹੈਗਾ ਜਿਹੜਾ ਮੈਂ ਢਿੱਲੋਂ ਦੱਸ ਕੇ ਗਏ ਆ ਉਹ ਮਤਲਬ ਇਸ ਕਿਤਾਬ ਦੇ ਵਿੱਚ ਹੈਗਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਇਹ ਵੀ ਇਸ ਕਿਤਾਬ ਦੇ ਵਿੱਚ ਹੈਗਾ ਹੈਲੋ ਮਤਲਬ ਕੋਈ ਚੀਜ਼ ਬਾਹਰੋਂ ਨਹੀਂ ਹੈਗੀ ਇੱਕੋ ਕਿਤਾਬ ਦੇ ਵਿੱਚੋਂ ਹਰ ਇੱਕ ਬੰਦਾ ਮੀਟਿੰਗਾਂ ਕਰ ਰਿਹਾ ਅਸੀਂ 13 ਸਾਲਾਂ ਤੋਂ ਕਰ ਰਹੇ ਮਤਲਬ ਤੁਸੀਂ ਵੀ ਕਰ ਸਕਦੇ ਹੈਗੇ ਹੋ ਠੀਕ ਹੈ ਹੁਣ ਉਸ ਤੋਂ ਬਾਅਦ ਦੇ ਵਿੱਚ ਇਹ ਸਾਰੇ ਪੈਸੇ ਸੇਲ ਤੇ ਮਿਲਣੇ ਹੈਗੇ ਸੇਲ ਕਰਨ ਲਈ ਕੀ ਕੀਤਾ ਜਾਂਦਾ ਹੈਗਾ ਆਮ ਕੰਪਨੀਆਂ ਸੇਲ ਕਰਨ ਲਈ ਕੀ ਕਰਦੀਆਂ ਹੈਗੀਆਂ ਡਿਸਟ੍ਰੀਬਿਊਟਰ ਸ਼ਿਪ ਲੈਂਦੀਆਂ ਹੈਨਾ ਉਹਨੇ ਇੱਕ ਨੰਬਰ ਆਈਡੀ ਕੀਤਾ ਅੱਗੇ ਉਹ ਆਪਦੀਆਂ ਬ੍ਰਾਂਚਾਂ ਖੋਲਦੇ ਆ ਕੋਈ ਵੀ ਬ੍ਰਾਂਡ ਲਾ ਲਓ ਐਡੀਡਾਸ ਨਾਈਕੀ ਪਿਊਮਾ ਜੋ ਵੀ ਬ੍ਰਾਂਡ ਤੁਸੀਂ ਤੁਹਾਡੇ ਦਿਮਾਗ 'ਚ ਆਉਂਦਾ ਉਹ ਲਾ ਲਓ ਉਹਨਾਂ ਨੇ ਕੀ ਕੀਤਾ ਹੈਗਾ ਉਹ ਕੰਪਨੀ ਇੱਥੇ ਹੈਗੀ ਆ ਰਾਈਟ ਉਹਨੇ ਅੱਗੇ ਬ੍ਰਾਂਚਾਂ ਖੋਲੀਆਂ ਹੈਗੀਆਂ ਹੁਣ ਬ੍ਰਾਂਚ ਹਰੇਕ ਬੰਦੇ ਨੂੰ ਐਵੇਂ ਦਿੱਤੀ ਜਾਂਦੀ ਹੈ ਕਿ ਜਿਹੜਾ ਬੰਦਾ ਕੁਆਲੀਫਾਈ ਕਰਦਾ ਵਾ ਉਹਨੂੰ ਦਿੱਤੀ ਜਾਂਦੀ ਹੈ ਕੁਆਲੀਫਾਈ ਕਰਦਾ ਹੈਗਾ ਉਹਨੂੰ ਬ੍ਰਾਂਚ ਦਿੱਤੀ ਜਾਂਦੀ ਆ ਉਹ ਕੰਮ ਉਹਦਾ ਕੰਮ ਚੱਲਦਾ ਹੈਗਾ ਹੁਣ ਇੱਥੇ ਸਪੋਜ਼ ਕਰੋ ਤੁਸੀਂ ਹੈਗੇ ਹੋ ਤੁਹਾਨੂੰ ਇਹ ਡਿਸਟ੍ਰੀਬਿਊਟਰਸ਼ਿਪ ਮਿਲ ਗਈ ਹੈਗੀ ਆ ਤੁਸੀਂ ਅੱਗੇ ਦੇ ਸਕਦੇ ਹੋ ਤੇ ਕਿਹਨੂੰ ਦੇਵਾਂਗੇ ਕੁਆਲੀਫਾਈ ਕਰੇਗਾ ਪਹਿਲਾਂ ਅਸੀਂ ਕੁਆਲੀਫਾਈ ਕੀਤਾ ਹੈਗਾ ਠੀਕ ਹੈ ਸਾਨੂੰ ਫ੍ਰੀ 'ਚ ਮਿਲ ਜਾਂਦੀ ਹੈਗੀ ਜੇ 5-7-10 ਲੱਖ ਲਾ ਕੇ ਮਿਲੀ ਹੋਵੇ 15 ਲੱਖ ਐਡਵਾਂਸ ਦਿੱਤਾ ਹੋਵੇ ਫਿਰ ਜੀ ਮੀਟਿੰਗ ਵਾਲੇ ਦਿਨ ਕੰਮ ਪਏਗਾ ਕੋਈ ਹਾਂਜੀ ਸੋਚ ਕੇ ਦੇਖੋ ਇੱਕ ਵਾਰੀ ਠੀਕ ਆ ਪਰਮਾਤਮਾ ਨੇ ਸਾਨੂੰ ਇਹ ਓਪਰਚੁਨਿਟੀ ਦਿੱਤੀ ਆ ਰਾਈਟ ਤਾਂ ਫ੍ਰੀ 'ਚ ਮਿਲ ਗਈ ਹੈਗੀ ਆ ਬਟ ਕੀ ਇਹਨੂੰ ਫ੍ਰੀ 'ਚ ਦੇਣਾ ਚਾਹੀਦਾ ਜੇ ਤੁਸੀਂ ਕੰਪਨੀ ਦੇ ਮਾਲਕ ਹੋਵੋ ਤੁਸੀਂ ਫ੍ਰੀ 'ਚ ਦਿਓਗੇ
ਸੋਚ ਕੇ ਦੇਖੋ ਇਸ ਕਰਕੇ ਰੈਚਨ ਜੇਵਨ ਐਂਡਰ ਜਿਹੜੇ ਰੈਚਨ ਵਾਸ ਜਾਂ ਡਕ ਵਾਸ ਜਿਹੜੇ ਉਹਨੇ ਬੱਚੇ ਹੈਗੇ ਆ ਤਾਂ ਮਤਲਬ ਇਸ ਕਰਕੇ ਉਹਨਾਂ ਨੂੰ ਹਰ ਇੱਕ ਕੰਟਰੀ ਦੇ ਵਿੱਚ ਉਹਨਾਂ ਨੂੰ ਸਲੂਟ ਮਾਰਿਆ ਜਾਂਦਾ ਹੈਗਾ ਉਹ ਇਸ ਕਰਕੇ ਸਾਰੀਆਂ ਕੰਟਰੀਆਂ ਦੇ ਪ੍ਰੈਜੀਡੈਂਟ ਨਾਲ ਮਿਨਿਸਟਰਾਂ ਨਾਲ ਉੱਥੇ ਉਹਨਾਂ ਦੇ ਘਰ ਜਾ ਕੇ ਮਤਲਬ ਆਪ ਨਹੀਂ ਜਾਂਦੇ ਉਹ ਉਹਨਾਂ ਦੇ ਘਰ ਕੋਲੇ ਜਾਂਦੇ ਹੈਗੇ ਕਿਉਂ ਕਿਉਂਕਿ ਉਹਨਾਂ ਨੇ ਕਨਸੈਪਟ ਹੀ ਇੱਦਾਂ ਦਾ ਬਣਾਇਆ ਹੈ ਵੀ ਇੱਕ ਆਮ ਬੰਦਾ ਵੀ ਇਸ ਸਿਸਟਮ ਨੂੰ ਕਰ ਸਕੇ ਕੋਈ ਵੀ ਬੰਦਾ ਇਸ ਬਿਜ਼ਨਸ ਨੂੰ ਕਰ ਸਕਦਾ ਹੈਗਾ ਰਾਈਟ ਤਾਂ ਹੁਣ ਇਹ ਬੰਦੇ ਕੁਆਲੀਫਾਈ ਕਰ ਗਏ ਹੈਗੇ ਆ ਤੁਸੀਂ ਇਹ ਬਿਜ਼ਨਸ ਬਣਾਇਆ ਤੁਸੀਂ 20,000 ਰੁਪਏ ਦਾ ਬਿਜ਼ਨਸ ਕੀਤਾ ਤੁਸੀਂ ਬੰਦੇ ਅਪੁਆਇੰਟ ਕੀਤੇ ਜਿੱਦਾਂ ਤੁਹਾਨੂੰ ਕੀਤਾ ਗਿਆ ਰਾਈਟ ਤੁਹਾਨੂੰ ਇਹ ਬਿਜ਼ਨਸ ਸਮਝ ਆਇਆ ਤੁਸੀਂ ਸਿੱਖ ਲਿਆ ਔਰ ਇਹ ਬੰਦੇ ਵੀ 20,000 ਰੁਪਏ ਦਾ ਬਿਜ਼ਨਸ ਕਰਦੇ ਹੈਗੇ ਮਹੀਨੇ ਦਾ ਕਿੰਨਾ ਟਾਈਮ ਲੱਗੇਗਾ 20,000 ਰੁਪਏ ਦਾ ਮਹੀਨੇ ਦਾ ਕੰਮ ਕਰਨਾ ਹੋਵੇ ਤਾਂ ਕਿੰਨੇ ਮਹੀਨੇ ਸਿੱਖਣਾ ਪਏਗਾ ਹੈਲੋ 20,000 ਰੁਪਏ ਦਾ ਕੰਮ ਕਰਨਾ ਪੂਰੇ ਮਹੀਨੇ 'ਚ ਹੋਣਾ ਸੀ ਬਿਜ਼ਨਸ ਕਰਨਾ ਜੋਬ ਵਾਲੇ ਐਟੀਟਿਊਡ ਤੋਂ ਬਿਜ਼ਨਸ ਵਾਲੇ ਐਟੀਟਿਊਡ 'ਚ ਆਉਣਾ 20,000 ਰੁਪਏ ਦਾ ਕੰਮ ਕਰਨ ਨੂੰ ਕਿੰਨਾ ਟਾਈਮ ਲੱਗੇਗਾ ਨਵੇਂ ਬੰਦਿਆਂ ਲਈ ਆਲਰੇਡੀ ਆਪਣੇ ਘਰ ਸਮਾਨ ਲੱਗਦਾ ਹੈ ਔਰ ਇਸ ਬਿਜ਼ਨਸ ਦੀ ਇੱਕ ਹੋਰ ਖਾਸੀਅਤ ਹੈਗੀ ਆ ਕੋਈ ਵੀ ਤੁਸੀਂ ਬਿਜ਼ਨਸ ਦੇ ਵਿੱਚ ਕੰਮ ਦੇ ਵਿੱਚ ਚਲੇ ਜਾਓ ਤਾਂ ਲੋਕਾਂ ਦਾ ਜਿਹੜਾ ਸੇਵਿੰਗ ਵਾਲਾ ਪੈਸਾ ਜਾਂ ਐਸਟ ਵਾਲਾ ਪੈਸਾ ਵਾ ਉਹਦੇ ਨਾਲ ਲੋਕ ਉਹਦੇ 'ਚ ਪੈਸੇ ਕਮਾਉਣ ਦੀ ਕੋਸ਼ਿਸ਼ ਕਰਦੇ ਹੈਗੇ ਨਹੀਂ ਸਮਝ ਆਈ ਦੁਬਾਰਾ ਰਿਪੀਟ ਕਰਾਂ ਕੋਈ ਵੀ ਕੰਮ ਵਿੱਚ ਤੁਸੀਂ ਚਲੇ ਜਾਓ ਸੇਵਿੰਗ ਵਾਲਾ ਪੈਸਾ ਜਾਂ ਜਿਹੜੇ ਐਸਟ ਉਹਨਾਂ ਨੇ ਬਣਾਏ ਹੁੰਦੇ ਆ ਉਹਦੇ 'ਚ ਲੋਕ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਐਮਏ ਬਿਜ਼ਨਸ ਇੱਦਾਂ ਦਾ ਬਿਜ਼ਨਸ ਹੈਗਾ ਲੋਕਾਂ ਦੇ ਖਰਚੇ ਦੇ ਵਿੱਚੋਂ ਤੁਸੀਂ ਖਰਚਾ ਕਨਵਰਟ ਕਰਾ ਕੇ ਐਮਏ ਦੇ ਲੈ ਕੇ ਆ ਕੇ ਤੁਸੀਂ ਉਹਦੇ ਵਿੱਚੋਂ ਪੈਸੇ ਕਮਾ ਸਕਦੇ ਹੈਗੇ ਇਸ ਕਰਕੇ ਐਮਏ ਲਈ ਕਲੈਪਿੰਗ ਹਰ ਇੱਕ ਜਗ੍ਹਾ ਦੇਣੀ ਆ ਤੁਸੀਂ ਟੈਂਸ਼ਨ ਕਰੋ ਕਿ ਅਸੀਂ ਉਸ ਕੰਮ ਦੇ ਵਿੱਚ ਹੈਗੇ ਵੀ ਲੋਕਾਂ ਨੇ ਆਲਰੇਡੀ ਮਾਰਕੀਟਿੰਗ ਜਾਣਾ ਹੀ ਜਾਣਾ ਹੈਗਾ ਪੈਸਾ ਖਰਚਣਾ ਹੀ ਖਰਚਣਾ ਹੈਗਾ ਸਿਰਫ ਅਸੀਂ ਡਾਇਰੈਕਸ਼ਨ ਚੇਂਜ ਕਰਾਉਣੀ ਹੈ ਸਾਡਾ ਕੰਮ ਬਿਲਕੁਲ ਡਾਇਰੈਕਸ਼ਨ ਚੇਂਜ ਕਰਾਉਣ ਦਾ ਕਿੱਦਾਂ ਹੋਏਗੀ ਜੇ ਸਾਨੂੰ ਪ੍ਰੋਡਕਟ ਦੀ ਨੌਲੇਜ ਹੋਏਗੀ ਸਾਨੂੰ ਪਤਾ ਹੋਏਗਾ ਜਿਹੜੇ ਹੈਲਥ ਪ੍ਰੋਡਕਟ ਹੈਗੇ ਆ ਨੈਚੁਰਲ ਵੀ ਦਾ ਕੀ ਕੰਮ ਹੈਗਾ ਅੱਜ ਤੋਂ 13 ਸਾਲ ਪਹਿਲਾਂ ਮੇਰਾ 20-25 ਦਿਨ ਬਾਅਦ ਮੂੰਹ ਪੱਕ ਜਾਂਦਾ ਛਾਲੇ ਹੋ ਜਾਂਦੇ ਦੇਸੀ ਤਰੀਕਾ ਤਵੇ ਦੀ ਸਵਾਦ ਨੂਣ ਲਾਓ ਜੋ ਪਿੰਡਾਂ 'ਚ ਕਰਦੇ ਹੈਗੇ ਲਾ ਲਓ ਛਾਲਾ ਐਟ ਏ ਟਾਈਮ ਠੀਕ ਆ ਤੇ ਚਲੋ ਵੀ ਕੰਮ ਤੇ 20-25 ਦਿਨ ਬਾਅਦ ਬਸ 13 ਸਾਲ ਹੋ ਗਏ ਨੈਚੁਰਲ ਵੀ ਯੂਜ ਕਰਦੇ ਇਹਨੂੰ ਤੇ 13 ਸਾਲਾਂ ਵਿੱਚ ਕਦੇ ਵੀ ਛਾਲਾ ਨਹੀਂ ਹੋਇਆ ਕਦੇ ਮੂੰਹ ਨਹੀਂ ਪੱਕਿਆ ਹੈਗਾ ਮਤਲਬ ਜਦੋਂ ਇਹ ਪ੍ਰੋਡਕਟ ਦੀ ਨੌਲੇਜ ਹੋਊਗੀ ਫਿਰ ਹੀ ਤੁਸੀਂ ਮੂਵ ਕਰ ਪਾਓਗੇ ਹੁਣ 20,000 ਰੁਪਏ ਦਾ ਬਿਜ਼ਨਸ ਕੀਤਾ ਤੁਹਾਡਾ ਟੋਟਲ ਬਿਜ਼ਨਸ ਗਿਣਿਆ ਜਾਏਗਾ 1,40,000 ਰੁਪਏ ਠੀਕ ਹੋ ਗਿਆ 20,000 1,40,000 20,000 ਤੁਹਾਡੇ 20,000 ਤੇ 9% ਆਏਗਾ ਕਲੀਅਰ ਹੈ ਤੁਸੀਂ 20,000 ਦਾ ਕੰਮ ਕੀਤਾ 9% ਆਏਗਾ ਤੁਹਾਡਾ ਲੈਵਲ 9% ਹੋ ਗਿਆ ਇਹ ਜਿਹੜੇ ਤੁਸੀਂ ਬੰਦੇ ਅਪੁਆਇੰਟ ਕੀਤੇ ਸੀ ਇਹਨਾਂ ਨੇ ਕੰਮ ਕੀਤਾ 20,000 ਦਾ ਤੇ 10% ਇਹਨਾਂ ਨੂੰ ਜਾਏਗਾ ਸਿੰਪਲ ਹੈਗਾ ਕੋਈ ਲੰਮੀ ਚੌੜੀ ਗੱਲ ਨਹੀਂ ਹੈਗੀ ਤੁਹਾਡਾ 1,40,000 ਦਾ ਬਿਜ਼ਨਸ ਹੋ ਗਿਆ ਹੁਣ ਤੁਸੀਂ ਇਹ ਦੇਖੋ ਤੁਹਾਡੀ ਏ ਟੀਮ ਆ ਬੀ ਹੈ ਸੀ ਹੈ ਡੀ ਹੈ ਈ ਹੈ ਐਫ ਇਸ ਤਰ੍ਹਾਂ ਤੁਹਾਡੀਆਂ 6 ਟੀਮਸ ਹੈਗੀਆਂ ਕਲੀਅਰ ਹੈ ਤਾਂ ਇੱਥੇ ਤੁਸੀਂ ਹੋ ਗਏ 9% ਉਸ ਤੋਂ ਬਾਅਦ ਇੱਕ ਟੀਮ ਦੇ ਵਿੱਚ 5 ਬੰਦੇ ਆ ਤੁਹਾਡੇ ਇਸ ਟੀਮ ਦੇ ਵਿੱਚ 10 ਬੰਦੇ ਅਪੁਆਇੰਟ ਹੋਏ ਇਸ ਟੀਮ ਦੇ ਵਿੱਚ 20 ਬੰਦੇ ਅਪੁਆਇੰਟ ਹੋਏ ਇਸ ਟੀਮ ਦੇ ਵਿੱਚ 20 ਬੰਦੇ ਹੋ ਗਏ ਇਸ ਟੀਮ ਦੇ ਵਿੱਚ 20 ਬੰਦੇ ਹੋ ਗਏ ਇਸ ਟੀਮ ਦੇ ਵਿੱਚ 20 ਬੰਦੇ ਹੋ ਗਏ ਰਾਈਟ ਕਲੀਅਰ ਆ ਠੀਕ ਹੋ ਗਿਆ ਹੁਣ ਜਿਹੜੀ 5 ਬੰਦਿਆਂ ਦੀ ਟੀਮ ਹੈਗੀ ਇਹਦੇ 4 ਜਿਹੜੇ ਹੈਗੇ ਉਹ ਬਹੁਤ ਬਿਜ਼ੀ ਹੈਗੇ ਆ ਪਰ ਇੱਕ ਬੰਦਾ ਕੰਮ ਕਰ ਰਿਹਾ ਹੈਗਾ ਉਹ 2,00,000 ਰੁਪਏ ਦਾ ਕੰਮ ਕਰਦਾ ਹੈਗਾ ਪੂਰੇ ਕਲੀਅਰ ਆ ਬੰਦਿਆਂ ਨਾਲ ਨਹੀਂ ਚੱਲਦਾ ਹੈਗਾ ਵੀ 50 ਬੰਦੇ ਹੋਣਗੇ ਤਾਂ 2,00,000 ਰੁਪਏ ਦਾ ਬਿਜ਼ਨਸ ਹੋਏਗਾ ਇੱਕ ਬੰਦਾ 2,00,000 ਰੁਪਏ ਦਾ ਬਿਜ਼ਨਸ ਕਰਦਾ ਹੈਗਾ ਇੱਥੇ 10 ਬੰਦੇ ਆ 5 ਬੰਦੇ ਬਿਜ਼ੀ ਹੈਗੇ ਆ 5 ਬੰਦੇ ਜਿਹੜੇ ਹੈਗੇ 40,000 ਰੁਪਏ ਦਾ ਕੰਮ ਕਰਦੇ ਆ ਤੇ ਇਹ ਬੰਦੇ ਦਾ 2,00,000 ਰੁਪਏ ਦਾ ਬਿਜ਼ਨਸ ਹੋ ਗਿਆ ਤੁਹਾਡੀ ਸੈਕੰਡ ਟੀਮ ਦਾ ਕਿੰਨਾ ਬਿਜ਼ਨਸ ਹੋ ਗਿਆ 2,00,000 ਦਾ ਇੱਥੇ 20 ਬੰਦੇ ਹੈਗੇ ਆ 10 ਬੰਦੇ ਬਿਜ਼ੀ ਹੈਗੇ ਆ ਔਰ 10 ਬੰਦੇ ਜਿਹੜੇ ਹੈਗੇ ਆ 20,000 ਦਾ ਕੰਮ ਕਰਦੇ ਹੈਗੇ ਕਿੰਨਾ ਕੰਮ ਹੋ ਗਿਆ 2,00,000 ਦਾ ਔਰ ਇੱਥੇ 20 ਬੰਦੇ ਹੈਗੇ ਆ ਇੱਥੇ 5 ਬੰਦੇ ਬਿਜ਼ੀ ਹੈਗੇ ਆ 15 ਬੰਦੇ ਕੰਮ ਕਰਦੇ ਹੈਗੇ 10,000 ਦਾ ਕਿੰਨਾ ਬਿਜ਼ਨਸ ਹੋ ਗਿਆ 1,50,000 ਦਾ ਰਾਈਟ ਉਸ ਤੋਂ ਬਾਅਦ ਦੇ ਵਿੱਚ ਇੱਥੇ ਵੀ ਇੱਦਾਂ 10 ਬੰਦੇ ਬਿਜ਼ੀ ਆ 10 ਬੰਦੇ ਕੰਮ ਕਰਦੇ ਆ 20,000 ਦਾ 2,00,000 ਦਾ ਬਿਜ਼ਨਸ ਹੋ ਗਿਆ ਇੱਥੇ ਵੀ ਕੁਛ ਬੰਦੇ ਬਿਜ਼ੀ ਹੈਗੇ ਆ ਦੈਨ ਕੀ ਹੈਗਾ 10 ਬੰਦੇ 20,000 ਰੁਪਏ ਦਾ ਕੰਮ ਕਰਦੇ 2,00,000 ਦਾ ਬਿਜ਼ਨਸ ਹੋ ਗਿਆ ਜਦੋਂ ਇਹਨੂੰ ਸਾਰਾ ਟੋਟਲ ਕਰਾਂਗੇ ਇਹ 11.5-12 ਲੱਖ ਰੁਪਏ ਦਾ ਤੁਹਾਡਾ ਬਿਜ਼ਨਸ ਹੋ ਜਾਏਗਾ ਕਲੀਅਰ ਆ ਤਾਂ ਤੁਹਾਡਾ ਲੈਵਲ ਹੋ ਜਾਏਗਾ 21% 21% ਦਾ ਮਤਲਬ ਹੈਗਾ ਤੁਸੀਂ ਸਾਲ ਦੇ ਵਿੱਚ ਇੱਕ ਵਾਰੀ 10 ਲੱਖ ਦੇ ਵੋਲਿਊਮ ਨੂੰ ਕ੍ਰੋਸ ਕੀਤਾ ਤਾਂ ਤੁਹਾਨੂੰ ਸਿਲਵਰ ਰੈਕੋਗਨਾਈਜ਼ ਕੀਤਾ ਜਾਂਦਾ ਹੈਗਾ ਔਰ ਅੱਜ ਦਾ ਜਿਹੜਾ ਸਿਲਵਰ ਹੈਗਾ ਉਹ 1,00,000 ਰੁਪਏ ਤੋਂ ਉੱਪਰ ਕਮਾਉਂਦਾ ਹੈ ਕਲੀਅਰ ਆ ਹੁਣ 1,00,000 ਰੁਪਇਆ ਬੋਰਡ ਤੇ ਇੰਨਾ ਟਾਈਮ ਲੱਗਿਆ ਪਰ ਐਕਚੁਅਲ ਕਿੰਨਾ ਟਾਈਮ ਲੱਗਦਾ ਹੈ ਜਿਹੜੇ ਲੋਕਾਂ ਨੇ ਫੁੱਲ ਟਾਈਮ ਕੰਮ ਕੀਤਾ ਹੈਗਾ ਉਹਨਾਂ ਨੇ 21 ਦਿਨਾਂ 'ਚ ਵੀ ਇਹ ਕੰਮ ਕੀਤਾ ਹੈਗਾ ਜਿਹੜੇ ਲੋਕਾਂ ਨੇ ਪਾਰਟ ਟਾਈਮ ਕੰਮ ਕੀਤਾ ਹੈਗਾ ਉਹ 6 ਤੋਂ 12 ਮਹੀਨੇ ਦੇ ਵਿੱਚ ਉਹਨਾਂ ਨੇ 21% ਕੀਤਾ ਹੈਗਾ ਕੀ ਸਮਝ ਆਈ
लोग ज्यादातर की कहंदे आ वी इहदे च करंट मनी नहीं हैगी। जे कहंदे ने बंदे ने 21% कीता लख रुपया आया कि नहीं आया, लख रुपया कमाण लई जां 21% करन लई 10 लख दा वॉल्यूम करन लई उहने रोज दा बिजनेस किन्ना कीता। ਹੁਣ ਇੱਥੇ ਇਹ ਹੋ ਸਕਦਾ ਕਿ ਐਟਮੋਸਫੇਅਰ ਮਿਨੀ ਗਏ ਹੋਣਗੇ, ਇਹ ਤੁਹਾਡੀ ਟੀਮ ਹੈਗੀ ਹੈ, ਕੋਕਵੇਅਰ ਦਿੱਤਾ ਹੋਏਗਾ, ਕੋਕਵੇਅਰ ਦਿੱਤਾ ਹੋਏਗਾ, ਐਟਮੋਸਫੇਅਰ ਮਿਨੀ ਡਰਾਈਵ ਦਿੱਤੀ ਹੋਏਗੀ, ਰਾਈਟ। ਉਦੋਂ ਬਾਅਦ ਦੇ ਵਿੱਚ ਇੱਥੇ ਬਿਜ਼ਨਸ ਹੋਇਆ, ਪੰਜ ਬੰਦਿਆਂ ਨੇ 40-40 ਹਜ਼ਾਰ ਦਾ ਕੀਤਾ, ਰਾਈਟ। ਇਹ ਕਿਸੇ ਪਿੰਡ ਦੇ ਸੀਗੇ, ਇੱਥੇ ਇਹਨਾਂ ਨੇ ਇੱਕ ਪਿੰਡ ਦੇ ਵਿੱਚ ਫੈਮਲੀਆਂ ਨੂੰ ਲਾਇਆ ਵੀ ਤੁਸੀਂ ਭਾਂਡੇ ਧੋਣ ਵਾਲਾ ਡਿਸ਼ ਡਰੋਪ ਐਸੇਡ ਇਹ ਵਰਤਣਾ ਹੈਗਾ, ਤੇ ਕੀ ਇੱਕ ਪਿੰਡ ਦੇ ਵਿੱਚ 2 ਲੱਖ ਦਾ ਐਸਿਡ ਤੇ ਡਿਸ਼ ਡਰੋਪ ਲੱਗ ਸਕਦਾ ਹੈਗਾ। ਹੈਲੋ, ਨਹੀਂ ਤੁਸੀਂ ਚੁੱਪ ਹੀ ਕਰ ਗਏ ਹੈ। ਕਿੰਨੀਆਂ ਫੈਮਲੀਆਂ ਚਾਹੀਦੀਆਂ ਹੈਗੀਆਂ 2 ਲੱਖ ਦੇ ਬਿਜ਼ਨਸ ਲਈ? 2000 ਡਿਸ਼ ਡਰੋਪ ਦੇ ਐਸਿਡ ਕਿੰਨੇ ਦਾ ਹੈਗਾ? ਜੇ ਮੈਥ ਕੈਲਕੂਲੇਸ਼ਨ ਆਪਣੀ ਸਹੀ ਹੋ ਜਾਏ ਨਾ, ਸਵੇਰੇ ਬੈਠ ਕੇ ਪਲਾਨ ਦੀ ਚਿੰਤਨ ਕਰਿਆ ਕਰੀਏ ਤਾਂ ਫਿਰ ਦਿਮਾਗ ਐਂ ਚੱਲਦਾ। ਜੇ ਘਰੇ ਜਾ ਕੇ ਦੁਬਾਰਾ ਲਿਖਦੇ ਨਹੀਂ ਹੈਗੇ ਵੀ ਪੈਸੇ ਕਿੱਦਾਂ ਆਣਗੇ, 2 ਲੱਖ ਦਾ ਬਿਜ਼ਨਸ ਕਿੱਦਾਂ ਹੋਏਗਾ, ਤਾਂ ਉਵੇਂ ਇੱਥੋਂ ਮੀਟਿੰਗ 'ਤੇ ਆਏ, ਫਿਰ ਅਗਲੇ ਵੀਰਵਾਰ ਆਏ, ਫਿਰ ਅਗਲੇ ਵੀਰਵਾਰ ਆਏ, 10 ਸਾਲ ਵੀਰਵਾਰ, ਫਿਰ ਤਾਂ ਉਹ ਗੱਲ ਹੋ ਗਈ ਮੈਂ ਇੰਨੇ ਵੀਰਵਾਰ ਨਾ ਆਇਆ ਜਾਂ ਇੰਨੇ ਵੀਰਵਾਰ ਮੱਥਾ ਟੇਕਿਆ ਆ, ਇਹ ਤਾਂ ਉਹੀ ਗੱਲ ਹੋ ਗਈ ਨਾ। ਬੇਸਿਕਲੀ ਸਾਰੀ ਸਕਸੈਸ ਕਿੱਥੇ ਆ? ਉਹ ਮਾਇੰਡ 'ਚ ਹੈਗੀ ਆ, ਨੋਟ ਕਿ ਬਾਹਰ ਹੈਗੀ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਆਲਰੇਡੀ, ਮੈਂ ਸਿਰਫ ਫੋਕਸ ਕਰਾ ਰਿਹਾ ਹੈਗਾ ਵੀ ਜਿੰਨਾ ਇਸ ਪਲਾਨ ਨੂੰ ਲਿਖਾਂਗੇ ਜਾ ਕੇ ਤਾਂ ਇਹ ਵਰਕ ਕਰੇਗਾ, ਰਾਈਟ। ਜਦੋਂ 3 ਮਹੀਨੇ ਸਾਲ ਦੇ ਵਿੱਚ 3 ਮੰਥ 1 ਸਾਲ ਦੇ ਵਿੱਚ ਅਸੀਂ 21% ਲੈਵਲ ਕਰਦੇ ਹਾਂ ਤਾਂ ਗੋਲਡ ਹੋ ਜਾਂਦਾ, ਤਾਂ ਇਹ ਚੀਜ਼ਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ। ਕਈ ਵਾਰੀ ਕੀ ਲੱਗਦਾ ਹੈਗਾ, ਜਦੋਂ ਸਿਲਵਰ ਚਾਹੀਦਾ ਗੋਲਡ ਚਾਹੀਦਾ, ਅਗਲਾ ਕਹਿੰਦਾ ਹੈ ਤਾਂ ਬੰਦਾ ਹੀ ਸੀਗਾ ਜਾਂ ਸਿਲਵਰ ਦਾ ਤਾਂ ਹੈ ਨਹੀਂ ਸੀਗਾ ਵੀ ਗੋਲਡ ਦਾ ਤਾਂ ਹੈ ਨਹੀਂ ਸੀਗਾ। ਇੱਕ ਪੈਨ ਹੈ, ਰਾਈਟ, ਪੈਨ ਮਿਲਦੀ ਹੈ ਸੇਲ ਦੇ ਉੱਪਰ ਨਾ ਕਿ ਬੰਦਿਆਂ ਦੇ ਉੱਪਰ, ਕਲੀਅਰ ਹੋ ਗਈ? ਬੰਦਿਆਂ 'ਤੇ ਨਹੀਂ ਮਿਲਦੀ ਹੈਗੀ, ਅਤੇ ਅਸੀਂ ਕੀ ਲੱਭਦੇ ਹਾਂ? ਸਾਰਿਆਂ ਦਾ ਹੀ ਹਾਲ ਇਹੀ ਆ, ਕਿਉਂਕਿ ਫੋਕਸ ਨਹੀਂ ਹੁੰਦਾ ਹੈਗਾ, ਰਾਈਟ। ਵੀ ਬਿਜ਼ਨਸ ਜਿਹੜਾ ਹੈਗਾ ਉਹ ਸੇਲ ਬੇਸ ਹੈਗਾ। ਉਸ ਤੋਂ ਬਾਅਦ 6 ਮਹੀਨੇ ਹੋ ਜਾਂਦਾ ਹੈਗਾ ਇਹ ਤਾਂ ਬੰਦਾ ਪਲੈਟੀਨਮ ਹੋ ਜਾਂਦਾ ਹੈਗਾ, ਪਲੈਟੀਨਮ ਅਤੇ ਫੋਰਨ ਦਾ ਟ੍ਰਿਪ ਵੀ ਮਿਲਦਾ ਹੈਗਾ। ਜਦੋਂ ਅਸੀਂ ਪਲੈਟੀਨਮ ਹੋਏ ਸੀ 5-star ਦਾ ਟ੍ਰਿਪ ਮਿਲਿਆ, ਅੱਜ ਕੱਲ੍ਹ ਫੋਰਨ ਲੈ ਕੇ ਜਾਂਦੇ, ਅਸੀਂ ਦਿੱਲੀ ਜਾ ਕੇ ਆਏ ਸੀ ਔਰ ਪਹਿਲੀ ਵਾਰੀ ਮੈਂ ਟ੍ਰੇਨ 'ਚ ਬੈਠਾ ਸੀ ਸ਼ਤਾਬਦੀ 'ਚ, ਚਾਹੇ ਮੈਂ 15 ਸਾਲ ਪੈਟਰੋਲ ਪੰਪ 'ਚ ਲਾਇਆ ਸੀ, ਚਾਹੇ 12 ਕਰੋੜ ਦੀ ਟਰਨ ਓਵਰ ਕਰਦਾ ਸੀਗਾ, ਬਟ ਟ੍ਰੇਨ ਦੇ ਵਿੱਚ ਪਹਿਲੀ ਵਾਰੀ ਬੈਠਾ ਸੀਗਾ 2008 ਦੇ ਵਿੱਚ। ਦੇਖੋ ਇੱਦਾਂ ਦਾ ਬੰਦਾ ਵੀ ਡਾਇਮੰਡ ਜਾ ਸਕਦਾ ਹੈਗਾ, ਤੁਸੀਂ ਸੋਚ ਕੇ ਦੇਖੋ। ਜਿਹੜਾ ਬੰਦਾ ਟ੍ਰੇਨ 'ਚ ਹੀ ਨਹੀਂ ਬੈਠਾ ਹੈਗਾ ਅਤੇ ਤੁਸੀਂ ਪਤਾ ਨਹੀਂ ਕਿੰਨੇ ਝੂਠੇ ਲਏ ਹੋਣਗੇ 2008 ਤੋਂ ਪਹਿਲਾਂ ਪਹਿਲਾਂ ਟ੍ਰੇਨ 'ਚ, ਮੇਰੇ ਲਈ ਤਾਂ ਉਹੀ ਵੱਡੀ ਗੱਲ ਸੀਗੀ, ਰਾਈਟ। ਤਾਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਇਹੀ ਤੁਹਾਡਾ 3 ਟੀਮ ਦੇ ਵਿੱਚ ਹੋਇਆ, ਆਪਣਾ ਪਲੈਟੀਨਮ ਹੋ ਗਏ ਤੁਸੀਂ, ਜਦੋਂ 12 ਮਹੀਨੇ 12 ਮੰਥ ਰੈਗੂਲਰ 1 ਸਾਲ ਦੇ ਵਿੱਚ ਲਗਾਤਾਰ ਤੁਸੀਂ 10 ਲੱਖ ਦੇ ਵੋਲੀਅਮ ਨੂੰ ਕ੍ਰੋਸ ਕਰਦੇ ਹੋ, 10 ਲੱਖ ਦੇ ਵੋਲੀਅਮ ਨੂੰ ਤੁਸੀਂ ਇਕੱਲੇ ਵੀ ਕਰ ਸਕਦੇ ਹੋ, ਰੋਜ਼ ਦਾ 30 ਹਜ਼ਾਰ ਦਾ ਬਿਜ਼ਨਸ ਹੁੰਦਾ, ਹੈਲੋ, ਰੋਜ਼ ਦਾ 30 ਹਜ਼ਾਰ ਰੁਪਏ ਦਾ ਬਿਜ਼ਨਸ ਹੈਗਾ। ਮਤਲਬ ਸਵੇਰੇ ਬੰਦਾ ਮਾਇੰਡ ਬਣਾਵੇ, ਰਾਤੀ ਬੈਠ ਕੇ ਮਾਇੰਡ ਬਣਾਵੇ ਵੀ ਕੱਲ੍ਹ ਨੂੰ ਮੈਂ ਕੋਕਵੇਅਰ ਮੂਵ ਕਰਨਾ ਹੈਗਾ। ਕਿਹੜੀ ਫੈਮਲੀ ਲੈ ਸਕਦੀ ਹੈ ਮੇਰੇ ਸਰਕਲ 'ਚ, ਕਿਹੜੀ ਫੈਮਲੀ ਹੈਗੀ ਜਿਹੜੀ ਵਧੀਆ ਭਾਂਡੇ ਵੱਧ ਸਮਾਨ ਬਣਾਉਣਾ ਚਾਹੁੰਦੀ ਹੈ, ਨਿਊਟਰਲਾਈਟ ਜਿਹੜਾ ਨਿਊਟ੍ਰੀਸ਼ਨ ਖਾਣੇ 'ਚੋਂ ਜਾਵੇ ਨਾ, ਜਾਂ ਕਿਹੜੀ ਫੈਮਲੀ ਹੈਗੀ ਜਿਹੜਾ ਆਪਣਾ ਐਟਮੋਸਫੇਅਰ ਮਿਨੀ ਲੈ ਸਕਦੀ ਹੈਗੀ? ਕੁਛ ਵੀ ਤੁਸੀਂ ਆਪਣੇ ਮਾਇੰਡ ਨੂੰ ਕਮਾਂਡ ਦੇ ਕੇ ਤਾਂ 10 ਲੱਖ ਦਾ ਬਿਜ਼ਨਸ ਤੁਸੀਂ ਇਕੱਲੇ ਕ੍ਰੀਏਟ ਕਰ ਸਕਦੇ ਹੈਗੇ। ਅਗਰ ਤੁਸੀਂ ਫਾਊਂਡਰ ਪਲੈਟੀਨਮ ਹੋ ਜਾਂਦੇ ਹੈਗੇ ਹੋ ਤਾਂ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਫਾਊਂਡਰ ਪਲੈਟੀਨਮ ਦੀ ਮਿਨੀਮਮ ਇਨਕਮ ਹੈਗੀ ਆ ਉਹ 15 ਲੱਖ ਰੁਪਏ ਦਾ ਦੱਸਦੇ ਹੈਗੇ ਅਸੀਂ, ਕਿਉਂਕਿ ਘੱਟ ਕਿਉਂ ਦੱਸਦੇ ਹੈਗੇ? ਜਦੋਂ ਉਹਨੂੰ ਜ਼ਿਆਦਾ ਪੈਸੇ ਆ ਜਾਂਦੇ ਆ ਤੁਹਾਡੀ ਰਿਸਪੈਕਟ ਹੋਰ ਵੱਧ ਜਾਂਦੀ ਹੈਗੀ। ਜੇ ਤੁਸੀਂ ਜ਼ਿਆਦਾ ਦੱਸੇ ਹੋਣਗੇ, ਤੁਸੀਂ ਦੱਸਤਾ 16 ਲੱਖ ਰੁਪਏ ਉਹਨੂੰ ਗਲਤੀ ਨਾਲ ਆ ਗਿਆ, 15 ਲੱਖ ਰੁਪਏ ਉਹਨੇ ਨੈਗੇਟਿਵ ਹੋ ਜਾਣਾ, ਕਿਉਂਕਿ ਇੰਨਾ ਵੀ ਉਹਦਾ ਮਾਇੰਡ ਉੱਪਰ ਨਹੀਂ ਹੋਇਆ ਹੁੰਦਾ ਬੰਦੇ ਦਾ। ਹੈਲੋ, ਗੱਲ ਸਮਝਦੇ ਕਿ ਨਹੀਂ ਸਮਝਦੇ? ਆਪਾਂ 15 ਲੱਖ ਦੇ ਪੈਕੇਜ 'ਤੇ ਆਪਾਂ ਪਹਿਲਾਂ 5 ਲੱਖ 'ਤੇ ਕੰਮ ਕਰਦੇ ਹਾਂ, ਫਿਰ ਆਪਣੇ ਨਾਲ ਕੰਪਨੀ ਦੀ ਗੱਲ ਕਰ ਲਈ ਤੁਹਾਨੂੰ 7 ਲੱਖ ਦੇਵਾਂਗੇ, ਮੌਕੇ ਕੰਪਨੀ ਦੇ ਵੀ 6.5 ਲੱਖ, ਫਿਰ ਤੁਹਾਡਾ ਐਟੀਟਿਊਡ ਬਦਲ ਜਾਏਗਾ। ਪਰ ਉਹ ਇੱਥੇ ਤੁਸੀਂ ਸੈਸ਼ਨ ਕਰਕੇ ਗਏ ਹੋਵੋਗੇ, ਐਟੀਟਿਊਡ ਦਾ ਹੋਊਗਾ ਉਹੀ ਸਿਲਵਰ, ਉਹੀ ਗੋਲਡ, ਉਹੀ ਪਲੈਟੀਨਮ ਜਿਹੜਾ ਟੀਚ ਕਰਦਾ ਹੋਏਗਾ ਬੰਦਿਆਂ ਨੂੰ, ਪਰ ਬਾਅਦ 'ਚ ਉਹਦਾ ਐਟੀਟਿਊਡ ਆਪਦਾ ਹੀ ਬਦਲ ਜਾਂਦਾ, ਯਾਰ ਮੈਨੂੰ ਤਾਂ ਕਹਿੰਦੇ 8 ਲੱਖ ਰੁਪਈਆ ਆਏਗਾ ਹੁਣ 7 ਹੀ ਆਇਆ। ਮਤਲਬ ਬਿਜ਼ਨਸ ਜਿਹੜਾ ਆਉਂਦਾ ਸਟਕ, ਪੈਸੇ ਜਿਹੜੇ ਆਉਂਦੇ ਆ ਉਹ ਸੇਲ 'ਤੇ ਆਉਂਦੇ ਹੈਗੇ ਆ। ਉਸ ਤੋਂ ਬਾਅਦ ਦੇ ਵਿੱਚ ਇਹੀ ਚੀਜ਼ ਜਿਹੜੀ ਹੈਗੀ ਆ ਪਲੈਟੀਨਮ, ਤੁਹਾਡੀਆਂ 3 ਟੀਮ ਜਿਹੜੀਆਂ ਹੈਗੀਆਂ ਨੇ, ਤੁਸੀਂ ਬਹੁਤ ਵਾਰੀ ਲੀਡਰਸ ਨੂੰ ਸੁਣਦੇ ਹੈਗੇ ਹੋ ਵੈ 3 ਯੂਅਰ ਫ੍ਰੀ, ਹੈ ਨਾ, ਸੁਣਿਆ ਨਾ ਤੁਸੀਂ, ਕਈ ਵਾਰੀ ਸੁਣਦੇ ਹੈਗੇ। ਇੱਦਾਂ ਦੀ ਕੋਈ ਚੀਜ਼ ਨਹੀਂ ਹੈਗੀ, ਐਮਬੇ ਤੋਂ ਬੰਦਾ ਫ੍ਰੀ ਨਹੀਂ ਹੁੰਦਾ ਹੈਗਾ, ਘਰੇਲੂ ਟੈਨਸ਼ਨਾਂ ਤੋਂ ਫ੍ਰੀ ਹੋ ਜਾਂਦਾ ਹੈਗਾ ਵੀ ਮੇਰਾ ਘਰ ਦਾ ਖਰਚਾ ਕਿਵੇਂ ਚੱਲੂਗਾ। ਪਹਿਲਾਂ ਇਹੀ ਟੈਨਸ਼ਨ ਹੁੰਦੀ ਹੈ ਨਾ, ਮੈਂ ਜੇ ਕੰਮ 'ਤੇ ਜਾਊਂਗਾ ਫਿਰ ਹੀ ਖਰਚਾ ਚੱਲੂਗਾ। ਜੋ ਤੁਹਾਡੇ 3 ਕਰੋੜ 21% ਕ੍ਰੋਸ ਕਰ ਜਾਂਦੇ ਆ, ਤੁਸੀਂ 6 ਸਾਲ 'ਚ 6 ਮਹੀਨੇ ਕਰਦੇ ਹੈਗੇ ਆ ਤਾਂ ਤੁਸੀਂ ਐਮਰਲਡ ਹੋ ਜਾਂਦੇ ਆ, ਔਰ ਐਮਰਲਡ ਜਿਹੜਾ ਹੈਗਾ ਵਾ ਮਿਨੀਮਮ ਜਿਹੜਾ ਹੈਗਾ 30 ਲੱਖ ਰੁਪਏ ਕਮਾਉਂਦਾ ਅੱਜ ਦੇ ਟਾਈਮ ਦੇ ਵਿੱਚ।
ਜੇ ਫਾਊਂਡਰ ਐਮਨੈਂਟ ਹੋ ਗਏ ਇਸ ਤੋਂ ਜ਼ਿਆਦਾ ਪੈਸੇ ਹੋ ਜਾਣਗੇ, ਅੱਛੀ ਇਨਕਮ ਹੈ, ਗੁੱਡ ਇਨਕਮ ਹੈ, 2.5 ਲੱਖ ਰੁਪਏ ਮਹੀਨਾ ਆਉਣ ਲੱਗ ਜੇ ਤਾਂ ਬੰਦਾ ਆਪਦੇ ਘਰ ਵਾਲੇ ਦੂਜੇ ਕੰਮਾਂ ਤੋਂ ਫ੍ਰੀ ਹੋ ਜਾਏਗਾ ਕਿ ਨਹੀਂ ਹੋ ਜਾਏਗਾ। ਜੇ ਉਹ ਫਿਰ ਵੀ ਐਮ ਬੀ ਦੀਆਂ ਮੀਟਿੰਗਾਂ 'ਤੇ ਆਏਗਾ ਕਹਿੰਦਾ ਕੰਮ ਤਾਂ ਹਜੇ ਵੀ ਕਰੀ ਜਾਂਦੇ ਆ, ਉਹ ਐਮਨੈਂਟ ਤਾਂ ਉੱਥੇ ਸੈਸ਼ਨ ਕਰੀ ਜਾਂਦਾ ਸੀ, ਇਹ ਤਾਂ ਫਿਰ ਕੰਮ ਕਰਨਾ ਹੀ ਹੈ ਨਾ, ਡਾਇਮੰਡ ਵੀ ਤਾਂ ਜਾਣਾ ਵਾ, ਫਾਊਂਡਰ ਐਮਨੈਂਟ ਵੀ ਜਾਣਾ ਹੈਗਾ, ਰਾਈਟ। ਉਸ ਤੋਂ ਬਾਅਦ ਦੇ ਵਿੱਚ ਇਹੀ ਕੰਮ ਤੁਹਾਡਾ 6 ਗਰੁੱਪਾਂ ਦੇ ਵਿੱਚ 6 ਗਰੁੱਪ ਜਿਹੜੇ ਹੈਗੇ ਆ ਉਹ 21% ਹੋ ਜਾਂਦੇ ਆ ਸਾਲ ਦੇ ਵਿੱਚ, 12 ਮਹੀਨੇ ਦੇ ਵਿੱਚ 6 ਵਾਰ, ਰਾਈਟ। ਅਤੇ ਤੁਹਾਡੀ ਇਨਕਮ ਜਿਹੜੀ ਹੈਗੀ ਉਹ 60 ਲੱਖ ਰੁਪਏ ਤੋਂ ਉੱਪਰ ਹੋ ਜਾਂਦੀ ਹੈ, ਕਲੀਅਰ। ਜੇ 5 ਗਰੁੱਪ ਹੋਣਗੇ ਤਾਂ 60 ਲੱਖ 'ਚੋਂ 10 ਲੱਖ ਰੁਪਈਆ ਘੱਟ ਜਾਏਗਾ, 50 ਰਹਿ ਗਿਆ। ਜੇ 4 ਗਰੁੱਪ ਹੋਏ 10 ਲੱਖ ਰੁਪਈਆ ਹੋਰ ਘੱਟ ਜਾਏਗਾ, 40 ਰਹਿ ਗਿਆ। ਜੇ 3 ਗਰੁੱਪ ਹੋਏ 10 ਲੱਖ ਰੁਪਈਆ ਹੋਰ ਘੱਟ ਜਾਏਗਾ। ਮਤਲਬ ਕੀ ਹੈ, ਅਸੀਂ ਇੱਕ ਗਰੁੱਪ ਬਣਾਈਏ ਅਤੇ ਇੱਕ ਗਰੁੱਪ ਦਾ ਸਾਡਾ 10 ਲੱਖ ਰੁਪਈਆ ਇਨਕਰੀਜ਼ ਹੋਈ ਜਾਏਗਾ, ਕਲੀਅਰ। ਬਾਕੀ ਇਨਸੈਂਟਿਵ ਵੱਖਰੇ ਹੈਗੇ। ਤਾਂ ਇਹ ਪਲਾਨ ਹੈਗਾ, ਪੈਸੇ ਸੇਲ 'ਤੇ ਮਿਲਦੇ ਆ, ਸੇਲ ਉਦੋਂ ਹੋਏਗੀ ਜਦੋਂ ਆਪਾਂ ਨੂੰ ਪ੍ਰੋਡਕਟ ਨੌਲੇਜ ਹੋਏਗੀ, ਪ੍ਰੋਡਕਟ ਨੌਲੇਜ ਉਦੋਂ ਹੋਏਗੀ ਜਦੋਂ ਅਸੀਂ ਯੂਜ਼ ਕਰਾਂਗੇ। ਜਦ ਤੱਕ ਅਸੀਂ ਯੂਜ਼ ਹੀ ਨਹੀਂ ਕੀਤਾ ਹੈਗਾ ਤਾਂ ਉਹ ਹੈਗੀ ਸੁਣੀ ਸੁਣਾਈ ਗੱਲ ਹੈਗੀ ਆ, ਅਤੇ ਸੁਣੀ ਸੁਣਾਈ ਗੱਲ ਮੂਹਰੇ ਅਗਲੇ ਨੇ ਕਹਿਣਾ ਪ੍ਰੋਟੀਨ ਕੰਮ ਨਹੀਂ ਕੀਤਾ, ਅਤੇ ਆਪਾਂ ਕਹਿੰਦੇ ਯਾਰ ਕਰਦਾ ਹੀ ਨਹੀਂ ਹੋਊਗਾ, ਹੈ ਨਾ, ਵੀ ਡੇਲੀ ਕੰਮ ਹੀ ਨਹੀਂ ਕਰਦੀ ਹੋਏਗੀ। ਡੇਲੀ ਨੂੰ ਕੀ ਕੰਮ ਕਰਨਾ ਚਾਹੀਦਾ ਵੈਸੇ, ਆਪਾਂ ਮਲਟੀਵਿਟਾਮਿਨ ਰਿਕਮੈਂਡ ਕਰਦੇ ਹਾਂ, ਉਹਨੂੰ ਕੀ ਕੰਮ ਕਰਨਾ ਚਾਹੀਦਾ, ਕਿੱਦਾਂ ਪਤਾ ਲੱਗੇਗੀ? ਰੋਜ਼ ਤਾਂ ਉਹਨੇ ਰੇਟ ਦੇਖੀ ਜਾਣਾ ਉੱਪਰੋਂ ਥੱਲੇ, ਮਾਇੰਡ ਕਿਵੇਂ ਸ਼ਾਰਪ ਹੋ ਜਾਏਗਾ ਉਹਦਾ, ਵੀ ਪਹਿਲਾਂ ਵੀ ਤਾਂ ਸਰੀ ਜਾਂਦਾ ਸੀ, ਚਾਹੇ ਥਕਾਵਟ ਜਲਦੀ ਹੋ ਜਾਂਦੀ ਸੀ, ਚਾਹੇ ਮੌਸਮ ਚੇਂਜ ਹੋਣ ਤੋਂ ਉਹਨੂੰ ਮਤਲਬ ਪ੍ਰੋਬਲਮ ਆਉਂਦੀ ਸੀ, ਹੈਲਥ ਚੈਲੇਂਜ ਆਉਂਦੇ ਸੀਗੇ, ਉਹਨੂੰ ਤਾਂ ਲੱਗਦਾ ਵੀ ਐਵੇਂ ਹੋ ਗਈ ਡੇਲੀ। ਜਦ ਤੱਕ ਕੋਈ ਹੈਲਥ ਸੈਸ਼ਨ ਨਹੀਂ ਦੇਖੇਗਾ, ਹੈਲਥ ਬਾਰੇ ਅਵੇਅਰ ਨਹੀਂ ਹੋਏਗਾ, ਉਹਦੇ ਡੇਲੀ ਕੰਮ ਹੀ ਨਹੀਂ ਕਰਦੀ ਹੈਗੀ। ਕੋਈ ਪ੍ਰੋਡਕਟ ਨਹੀਂ ਕਿਸੇ ਦੇ ਕੰਮ ਕਰਦਾ ਹੈਗਾ, ਇਹ ਸੀਕਰੇਟ ਹੈ ਇਸ ਬਿਜ਼ਨਸ ਦਾ। ਜਦੋਂ ਪੂਰਾ ਹੈਲਥ ਸੈਸ਼ਨ ਨੂੰ ਦੇਖ ਲਏਗਾ, ਉਹਦੇ ਪਰ ਨੈਚੁਰਲ ਵੀ ਪਤਾ ਨਹੀਂ ਕਿੰਨੇ ਰੋਗ ਠੀਕ ਕਰ ਦਿੰਦੀ ਹੈ, ਇਕੱਲੀ ਨੈਚੁਰਲ ਵੀ ਫਾਈਬਰ ਇਕੱਲਾ ਪਤਾ ਨਹੀਂ ਕਿੰਨੇ ਰੋਗ ਠੀਕ ਕਰ ਦਿੰਦਾ ਬੰਦੇ ਦੇ, ਜਦੋਂ ਉਹਨੂੰ ਹੈਲਥ ਬਾਰੇ ਉਹਨੂੰ ਇਨਫੋਰਮੇਸ਼ਨ ਹੁੰਦੀ ਹੈ। ਤਾਂ ਪ੍ਰੋਡਕਟ ਉਹਦੇ ਨੂੰ ਹੋਏਗਾ ਜਦੋਂ ਸਾਨੂੰ ਹੈਲਥ ਬਾਰੇ ਨੌਲੇਜ ਹੋਏਗੀ। ਹੁਣ ਅੱਜ ਆ ਕੇ ਆਪਾਂ ਕੀ ਕਰਨਾ ਹੈ, ਚਿੰਤਨ ਕਰਨਾ ਹੈਗਾ, ਚਿੰਤਨ ਕਰੋ ਵੀ ਜੇ ਅਸੀਂ ਪੀਡੀਓ ਸ਼ੁਰੂ ਕਰ ਲਈਏ, ਪ੍ਰੋਟੀਨ ਡੇਲੀ ਓਮੇਗਾ, ਰਾਈਟ, ਤਾਂ ਅਸੀਂ ਇਹ ਚੀਜ਼ ਤੋਂ ਬਚ ਜਾਵਾਂਗੇ 100%। ਹਰ ਇੱਕ ਬੰਦਾ ਇੱਥੋਂ ਟੀਚ ਕਰਦਾ ਹੈਗਾ 100%। ਰੋਜ਼ ਤੁਸੀਂ ਪ੍ਰੋਟੀਨ ਲਓ, ਰੋਜ਼ ਡੇਲੀ ਖਾਓ, ਰੋਜ਼ ਓਮੇਗਾ ਖਾਓ, ਜਦੋਂ ਤੁਹਾਨੂੰ 3 ਮਹੀਨੇ ਖਾਂਦਿਆਂ ਨੂੰ ਹੋ ਗਏ, ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਵੀ ਇਹ ਕੀ ਚੀਜ਼ ਹੈਗੀ ਆ। ਨਹੀਂ ਨਹੀਂ ਪਤਾ ਲੱਗਦਾ, ਨਵੇਂ ਬੰਦਿਆਂ ਲਈ ਮੈਂ ਦੱਸ ਰਿਹਾ ਹੈਗਾ ਵੀ ਇਹ ਕੀ ਚੀਜ਼ ਹੈਗੀ ਆ। 3-3 ਮਹੀਨੇ ਕਿੰਨਾ ਨੂੰ ਹੋ ਗਏ ਨਵੇਂ ਬੰਦੇ ਨੂੰ ਖਾਂਦੇ, ਜਿਹਨੂੰ 5-6 ਮਹੀਨੇ ਬਿਜ਼ਨਸ ਹੋਏ 3 ਮਹੀਨੇ ਖਾਂਦੇ ਨੂੰ, ਕੋਈ ਫਰਕ ਹੈਗਾ? ਕੀ ਫਰਕ ਹੈਗਾ? ਮੈਂ ਵੀ ਇਹੀ ਕਹਿਣ ਲੱਗਿਆ ਸੀਗਾ, ਤੁਸੀਂ ਖਾਣ ਲੱਗ ਜਾਓ, ਜੇ ਤੁਹਾਡੀ 7 ਘੰਟੇ ਨੀਂਦ ਨਹੀਂ ਵੀ ਪੂਰੀ ਹੋਈ, ਦੂਏ ਦਿਨ ਤੁਸੀਂ ਕਿਤੇ ਵੀ ਬੈਠੇ ਹੋ, ਜਿੱਥੇ ਮਰਜ਼ੀ ਗਏ ਹੈਗੇ, ਤੁਹਾਨੂੰ ਨੀਂਦ ਨਹੀਂ ਆਏਗੀ। ਨਹੀਂ 10 ਘੰਟੇ ਸੌਂ ਕੇ ਵੀ ਬੰਦਾ ਕਿਤੇ ਗੱਡੀ 4 ਘੰਟੇ ਬਹਿਣਾ ਪੈ ਜਾਵੇ ਫਿਰ ਵੀ ਸੌ ਜਾਂਦਾ, ਉਵੇਂ ਠੀਕ ਹੈਗਾ। ਜੇ ਪੁੱਛੀਏ ਰਾਤ ਕੀ ਕਰਦੇ, ਕਹਿੰਦਾ ਰਾਤ ਵੀ ਸੁੱਤਾ ਸੀਗਾ, ਹੁਣ ਕਾ ਤੂੰ ਸੌ ਰਿਹਾ, ਕਹਿੰਦਾ ਬੋਡੀ ਇਜਾਜ਼ਤ ਨਹੀਂ ਦਿੰਦੀ, ਵੈਸੇ ਮੈਂ ਫਿੱਟ ਹੈ। ਮਤਲਬ ਇਹ ਦੇਖਦੇ ਲੋਕ ਅੱਛੇ ਅੱਛੇ ਬੰਦੇ ਆਉਂਦੇ ਬਿਜ਼ਨਸ ਦੇ ਵਿੱਚ, ਬੈਠਦੇ ਆ ਮੀਟਿੰਗ 'ਤੇ, ਉਹ ਮੀਟਿੰਗ 'ਚ ਹੀ ਸੌ ਜਾਂਦੇ ਪਹਿਲੇ 1.5 ਘੰਟੇ 'ਚ। ਅਤੇ ਇੱਕ ਬੰਦਾ ਕੋਈ ਨਵਾਂ ਜਿਹਾ ਆਉਂਦਾ, ਆ ਜਾਂਦਾ 30-35 ਸਾਲ ਦਾ ਵਿੱਚ ਆ ਜਾਂਦਾ, ਥੋੜ੍ਹਾ ਜਿਹਾ ਖਾ ਪੀ ਕੇ ਆਇਆ ਹੁੰਦਾ, ਜਾਂ ਕੋਈ ਉਹਨੂੰ ਚੈਲੇਂਜ ਉੱਦਾਂ ਦਾ ਹੁੰਦਾ ਵੀ ਠੀਕ ਆ ਉਹ ਬੈਠਾ ਰਹਿੰਦਾ, ਜਾਂ ਨਸ਼ਾ ਕਰਕੇ ਆਇਆ ਹੁੰਦਾ, ਉਹ ਬਾਈ ਦੇਖਿਆ ਤਾਂ 3 ਘੰਟੇ ਯਾਰ ਬੰਦੇ ਬੈਠੇ ਕਿਵੇਂ ਰਹੇ, ਬਸ ਉਹ ਇਸੇ ਚੀਜ਼ 'ਚ ਇੰਸਪਾਇਰ ਹੋ ਜਾਂਦਾ। ਮਤਲਬ ਪਤਾ ਨਹੀਂ ਮੀਟਿੰਗਾਂ ਦਾ ਫਾਇਦਾ ਹੁੰਦਾ ਵਾ, ਕਿਹੜੇ ਬੰਦੇ ਨੇ ਕਦੋਂ ਇੰਸਪਾਇਰ ਹੋ ਕੇ ਬਿਜ਼ਨਸ ਨੂੰ ਬਿਲਡ ਕਰ ਦੇਣਾ। ਸਾਡੇ ਕੋਲ ਇੱਕ ਬੰਦਾ ਸੀਗਾ, ਅੱਜ ਰੋਜ਼ ਉਹ 300 PV ਤੋਂ ਜ਼ਿਆਦਾ ਇਕੱਲਾ ਕੰਮ ਕਰਦਾ, ਇਕੱਲਾ ਬੰਦਾ ਰੋਜ਼ 300 ਪੁਆਇੰਟ ਕਰਦਾ, ਮਤਲਬ 30,000 ਤੋਂ ਉੱਪਰ ਦਾ ਬਿਜ਼ਨਸ। ਪਰ ਜਿਸ ਟਾਈਮ ਅੱਜ ਤੋਂ 8-10 ਸਾਲ ਪਹਿਲਾਂ ਉਹ ਮੀਟਿੰਗ 'ਤੇ ਆਇਆ ਸੀਗਾ, ਉਹ ਸਿਰਫ ਪਿੰਡੋਂ ਸ਼ਹਿਰ ਇਸੇ ਕਰਕੇ ਆਉਂਦਾ ਸੀਗਾ ਵੀ ਬੁੱਧਵਾਰ ਨੂੰ ਜਾਵਾਂਗੇ, ਠੀਕ ਹੈ, ਅਤੇ ਪੈਗ ਪੁੱਗ ਲਾ ਕੇ ਖਾ ਪੀ ਕੇ ਘਰੇ ਆਵਾਂਗੇ। ਇੱਕ ਅੱਧਾ ਪੈਗੂ ਮੀਟਿੰਗ ਤੋਂ ਪਹਿਲਾਂ ਲਾ ਕੇ ਆ ਜਾਂਦਾ, ਜੇ ਹੌਲੀ ਹੌਲੀ ਇਸ ਮਾਹੌਲ 'ਚ ਆ ਕੇ, ਸਾਨੂੰ ਨਹੀਂ ਪਤਾ ਸੀਗਾ ਵੀ ਉਹ ਲਾ ਕੇ, ਹੁਣ ਇੱਥੇ ਇੰਨੇ ਬੰਦੇ ਬੈਠੇ ਸਾਨੂੰ ਕੀ ਪਤਾ ਲੱਗਣਾ ਕਿਹਨੇ ਲਾਇਆ ਵਾ ਨਾ, ਰਾਈਟ, ਹੁਣ ਆਪਾਂ ਕਿਹੜਾ ਕੋਲੇ ਜਾ ਕੇ ਦੇਖਣਾ ਹੈਗਾ। ਬਟ ਉਹਨੇ ਖੁਦ ਦੱਸਿਆ, ਤਾਂ ਜੋ ਹੀ ਬੰਦਾ 300 PV ਤੋਂ ਉੱਪਰ ਡੇਲੀ ਕਰਦਾ ਹੈਗਾ, ਰੋਜ਼ 300 ਪੁਆਇੰਟ, ਤੁਸੀਂ ਸੋਚ ਕੇ ਦੇਖੋ, ਔਰ 1-1.5 ਲੱਖ ਰੁਪਏ ਤੋਂ ਉੱਪਰ ਕਮਾਉਂਦੇ ਹੈਗੇ, ਤੇ ਉਹਨਾਂ ਨੂੰ ਲੋੜ ਹੀ ਨਹੀਂ ਐਮਨੈਂਟ ਐਮਨੈਂਟ ਜਾਣ ਦੀ, ਉਹ ਕਹਿੰਦੇ ਠੀਕ ਹੈ, ਕੰਮ ਵਧੀਆ ਹੈਗਾ। ਹੁਣ ਆਪਾਂ ਨੂੰ ਬੰਦੇ ਚਾਹੀਦੇ ਹੈਗੇ, ਜਾਂ ਪ੍ਰੋਡਕਟ ਨੌਲੇਜ ਚਾਹੀਦੀ ਹੈ, ਪ੍ਰੋਡਕਟ ਮੂਵ ਕਰਨੇ ਹੈਗੇ। ਚਾਈਨਾ 'ਚ ਪਤਾ ਤੁਹਾਨੂੰ 30,000 ਕਰੋੜ ਦਾ ਬਿਜ਼ਨਸ ਹੈ, ਇੰਡੀਆ ਦੇ ਵਿੱਚ ਅਸੀਂ 2,000 ਕਰੋੜ ਕਰ ਰਹੇ ਹਾਂ, ਉੱਥੇ ਹੈਗਾ ਕਿ ਬੰਦਾ 1-1 ਲੱਖ ਦਾ ਬਿਜ਼ਨਸ ਡੇਲੀ ਕਰ ਦਿੰਦਾ ਹੈ। ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣੀਆਂ, ਲੋਕ ਕਿੱਦਾਂ ਕੰਮ ਕਰਦੇ ਹੈਗੇ। ਪਰ ਪਾਰਟ ਟਾਈਮ ਦੇ ਵਿੱਚ ਮੇਰੇ ਹਿਸਾਬ ਨਾਲ 5-10 ਹਜ਼ਾਰ ਰੁਪਏ ਦਾ ਰੋਜ਼ ਬਿਜ਼ਨਸ ਹੋ ਸਕਦਾ ਹੈ, ਫੁੱਲ ਟਾਈਮ 'ਤੇ ਨਹੀਂ ਮੈਂ ਕਹਿੰਦਾ, ਜੋ ਸਭ ਪਾਰਟ ਟਾਈਮ ਦੇ ਵਿੱਚ 5-10 ਹਜ਼ਾਰ ਦਾ। ਜੇ ਹੁਣ ਦੇਖੋ ਇੱਕ ਮਾਈਂਡ ਹੈ, ਐਂਡ ਖਤਮ ਕਰਦੇ ਹਾਂ ਆਪਾਂ, ਇੱਕ ਮਾਈਂਡ ਜਿਹੜਾ ਹੈਗਾ ਵਾ ਇਹਨੂੰ ਤੁਸੀਂ ਕਮਾਂਡ ਦੇਣੀ ਹੈ, ਇਹਨੂੰ ਕਮਾਂਡ ਦੇ ਦਿਓ ਵੀ ਅਸੀਂ ਪਲਾਨ ਦਿਖਾ ਕੇ ਆਉਣਾ, ਰੋਜ਼ ਅਸੀਂ ਰੋਜ਼ ਅਪੁਆਇੰਟਮੈਂਟ ਕਰਕੇ ਆਉਣੀ ਹੈ, ਤੁਸੀਂ ਕਰ ਆਉਂਦੇ ਹੋ,
ਠੀਕ ਆ, ਅਸੀਂ ਕਹਿੰਦੇ ਨੀ ਕਿ ਅਸੀਂ ਅੱਜ 220 ਕਰਕੇ ਆਣਾ, ਫਿਰ ਉਹ ਸਮਝ ਆਉਂਦੀ ਨੇ ਗੱਲਾਂ ਵੀ ਜੋ ਮੰਗੇ ਠਾਕਰ ਆਪਣੇ ਤੇ, ਸੋ ਇਸ ਉਹੀ ਚੀਜ਼ ਮਿਲ ਜਾਂਦੀ ਹੈ ਸਾਨੂੰ ਜਿਹੜਾ ਅਸੀਂ ਮੰਗਦੇ ਹਾਂ, ਅਸੀਂ ਪਲੈਨ ਦਿਖਾ ਕੇ ਆਉਣਾ ਜੀ, ਦਿਖਾਇਆ ਆਉਂਦਾ ਠੀਕ ਹੈ, ਅਸੀਂ ਬੰਦਾ ਸਪੋਂਸਰ ਕਰਕੇ ਆਉਣਾ, ਇਹਨੂੰ ਤਾਂ ਅੱਜ ਪੱਕਾ ਕਰਦੇ ਨਾ ਪੱਕੀ ਵਾਰੀ ਬੈਠੀ, ਇਹਨੂੰ ਤਾਂ ਅੱਜ ਪੱਕਾ ਇਹਦਾ ਫਾਰਮ ਭਰ ਕੇ ਆਵਾਂਗੇ, ਤੋਂ ਆਈ ਡੀ ਲੈ ਹੀ ਲੈਣੇ ਆ ਅਤੇ ਲਿਆਉਂਦੇ ਹਾਂ, ਬੰਦਾ ਸਪੋਂਸਰ ਹੋ ਜਾਂਦਾ। ਅਤੇ ਜੇ ਇਹੀ ਸੋਚ ਕੇ ਜਾਈਏ ਵੀ ਉਹਨੂੰ ਪੂਰਾ ਬਿਜ਼ਨਸ ਪਾਰਟਨਰ ਬਣਾਉਣਾ ਹੈਗਾ, ਇਸ ਵੇਲੇ ਸਾਡਾ ਪਲੈਟੀਨਮ ਜਾਏਗਾ ਅਤੇ ਅੱਜ ਉਹਦਾ 200 PV ਕਰਾ ਕੇ ਆਉਣਾ ਹੈਗਾ, ਹੋਊਗਾ ਕਿ ਨਹੀਂ ਹੋਊਗਾ, ਕਿਉਂਕਿ ਲੰਮੀ ਸੋਚ ਲਈ ਉਹਨੂੰ ਆਪਾਂ ਸਪੋਂਸਰ ਕੀਤਾ ਨਾ। ਮਤਲਬ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਪਲੈਨ ਕਰਨੀਆਂ ਪੈਣਗੀਆਂ, ਜੋ ਸੋਚੋਗੇ ਜੋ ਬੋਲੋਗੇ ਤੁਹਾਡੀ ਲਾਈਫ ਦੇ ਵਿੱਚ ਉਹੀ ਹੋਏਗਾ। ਤਾਂ ਤੁਸੀਂ ਬੋਲਦੇ ਹੋ ਇਹੀ ਡਾਇਮੰਡ ਜਾਣਾ, ਡਾਇਮੰਡ ਜਾਣਾ, ਕਰਾਉਣ ਜਾਣਾ, ਕਰਾਉਣ ਜਾਣਾ, ਤੁਸੀਂ ਉਸ ਟਾਈਮ ਸੋਚੋ ਜਿੱਦਾਂ ਛੁੱਟੀ ਮਾਰਦੇ ਹੋ, ਉੱਧਰ ਤੁਹਾਡੇ ਵਰਡ ਕਿੱਥੇ ਜਾਂਦੇ, ਮੁੱਛਾਂ ਮੂੰਹ ਦੇ ਆਉਣ ਨਾਲ ਮਰਦ ਨਹੀਂ ਹੁੰਦਾ, ਗਰਸ ਜਿਹੜੇ ਹੈਗੇ ਆ ਜਿਹੜੇ ਬੰਦੇ ਦੇ ਅਸੂਲ ਨਹੀਂ ਹੁੰਦੇ ਹੈਗੇ, ਉਹ ਜ਼ਿੰਦਗੀ 'ਚ ਕਦੇ ਕਿਤੇ ਵੀ ਸਕਸੈਸ ਨਹੀਂ ਹੁੰਦਾ ਹੈਗਾ। ਸਭ ਤੋਂ ਪਹਿਲਾਂ ਅਸੂਲ ਬਣਾਉਣੇ ਪੈਂਦੇ ਹੈਗੇ, ਅਤੇ ਅਸੂਲ ਕਦੋਂ ਬਣਦੇ ਹੈਗੇ, ਜਦੋਂ ਆਪਾਂ ਪੂਰਾ ਸਿਸਟਮ ਦੇ ਨਾਲ ਅਟੈਚ ਹੋ ਜਾਂਦੇ ਵੀ ਮੀਂਹ ਆਵੇ ਹਨੇਰੀ ਆਵੇ, ਵੀਰਵਾਰ ਸ਼ਾਮ ਨੂੰ 7 ਵਜੇ ਅਸੀਂ ਇੱਥੇ ਹੈਲੋ 24 ਦੇ 24 ਹਫ਼ਤੇ, ਤੁਸੀਂ 24 ਵੀਰਵਾਰ, ਜਿਵੇਂ ਕਹਿੰਦੇ ਨਾ 5 ਵੀਰਵਾਰ ਆ ਜਾਓ ਤੁਹਾਡਾ ਆਹ ਕੰਮ ਪੂਰਾ ਹੋ ਜੂਗਾ, ਰਾਈਟ, ਮੰਗਲਵਾਰ ਆ ਜਾਓ ਆਹ ਕੰਮ ਪੂਰਾ ਹੋ ਜੂਗਾ, ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ, ਆਈ ਡੋਂਟ ਨੋ, ਮੈਨੂੰ ਨਹੀਂ ਪਤਾ ਹੈਗਾ, ਕੰਮ ਤਾਂ ਕੀਤਾ ਹੀ ਹੋਣਾ, ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੰਮ ਕਰੂੰਗਾ ਉਹੀ ਰਿਜ਼ਲਟ ਮਿਲਣੇ ਹੈਗੇ, ਜੇ ਮੈਂ ਫੋਕਸ ਕਰੂੰਗਾ ਕੰਮ 'ਤੇ ਰਿਜ਼ਲਟ ਆਉਣੇ, ਰਾਈਟ। ਤਾਂ ਤੁਸੀਂ 24 ਵੀਰਵਾਰ ਇੱਥੇ ਆ ਕੇ ਨਾ ਆਓ, ਮੀਟਿੰਗ ਦੇ ਨੋਟ ਬਣਾਓ, ਸਾਰੇ ਕੀ ਬੰਦੇ ਹੁੰਦੇ ਆ ਵੀ ਅੱਛਾ, ਮਤਲਬ ਵੀਰਵਾਰ ਨੂੰ ਹੋਰ ਵੀ ਜਾਣਾ ਹੁੰਦਾ ਨਾ ਕਿਤੇ ਨਾ ਕਿਤੇ, ਅਸੀਂ ਮੀਟਿੰਗ ਦਾ ਦਿਨ ਚੇਂਜ ਕਰ ਲਾਂਗੇ ਜੇ ਤੁਸੀਂ ਡਾਇਮੰਡ ਜਾਣ ਨੂੰ ਰੈਡੀ ਹੋ, ਮੈਂ ਸਪੈਸ਼ਲ ਮੀਟਿੰਗ ਕਰ ਲੂੰਗਾ ਜੇ ਵੀਰਵਾਰ ਨੂੰ ਤੁਹਾਨੂੰ ਕੋਈ ਕੰਮ ਹੈਗਾ, ਜੇ ਮੇਰੇ ਕੰਮ ਕਰਨ ਨਾਲ, ਮੈਂ ਅੱਜ ਵੀ ਕਿਤੇ ਬੈਠਾ ਸੀਗਾ ਵੀ ਜੇ ਇੱਕ ਲੇਡੀ ਦੇ ਗੋਡੇ ਦੁਖਦੇ ਹੈਗੇ ਆ, ਉਹ ਪੂਰੀ ਮਤਲਬ ਉਹਨੂੰ ਦੁਖੀ ਹੈਗੀ ਆ, ਰਾਈਟ, ਤਾਂ ਮੈਨੂੰ ਰੋਜ਼ 1 ਜਾਂ 2 ਹੈਲਥ ਸੈਸ਼ਨ ਜ਼ਰੂਰ ਕਰਨੇ ਚਾਹੀਦੇ, ਚਾਹੇ ਮੈਂ ਪਿੰਡਾਂ 'ਚ ਜਾ ਕੇ ਕਰਾਂ, ਚਾਹੇ ਕਿਤੇ ਕਰਾਂ, ਪਰਮਾਤਮਾ ਨੇ ਮੈਨੂੰ ਇਹ ਸਮਰੱਥ ਬਖਸ਼ੀ ਆ, ਮੈਨੂੰ ਇਹ ਚੀਜ਼ ਦਿੱਤੀ ਹੈਗੀ ਆ, ਮੈਨੂੰ ਇਹ ਚੀਜ਼ ਦੀ ਸਮਝ ਹੈਗੀ ਆ, ਨਹੀਂ ਤਾਂ ਸਾਰੀ ਉਮਰ ਮੈਡੀਸਨ ਖਾਈ ਜਾਣਗੇ। ਜ਼ਰੂਰੀ ਨਹੀਂ ਹੈਗਾ ਵੀ ਅਸੀਂ ਇਸ ਬਿਜ਼ਨਸ 'ਚ ਪੈਸਾ ਹੀ ਕਮਾਉਣਾ ਹੈਗਾ, ਰਾਈਟ। ਉਹ ਬੇਬੇ, ਇੱਕ ਬੇਬੇ ਦੇ ਗੋਡੇ ਠੀਕ ਹੋ ਗਏ, ਉਹਨੂੰ ਹੈਲਥ ਮਿਲ ਗਈ, ਰਾਈਟ, ਉਹਦੀ ਏਜ 60 ਸਾਲ ਸੀ, ਲੱਗਦਾ ਐਂ ਸੀ ਜਿਵੇਂ 75 ਸਾਲ ਸੀ, ਉਹਦੀ ਮਾਤਾ ਉਹਦੇ ਨਾਲ ਐਕਟਿਵ ਸੀਗੀ, ਮੈਨੂੰ ਫੀਲ ਹੋਇਆ ਕਿਉਂਕਿ ਮੈਨੂੰ ਪਤਾ ਲੱਗਿਆ ਵੀ ਮੈਨੂੰ ਇਹ ਤਾਂ ਪਤਾ ਹੀ ਵੀ ਇਹਨਾਂ ਦੀ ਬੇਟੀ ਹੈ, ਉਹਨਾਂ ਦੀ ਬੇਟੀ ਹੈ, ਜਦੋਂ ਮੈਂ ਦੋਨਾਂ ਨੂੰ ਬਰਾਬਰ ਬੈਠਿਆਂ ਦੇਖਿਆ, ਮੈਂ ਕਿਹਾ 60 ਸਾਲ ਦੀ ਹੈ ਅਤੇ ਉਹ 26 ਸਾਲ 20 ਸਾਲ ਤੋਂ ਉੱਪਰ ਹੋਊਗੀ, 80 ਸਾਲ ਦੀ ਬੇਬੇ ਠੀਕ ਹੈ, 60 ਸਾਲ ਦੀ ਕੁੜੀ ਨੂੰ ਗੋਡਿਆਂ ਦੀਆਂ ਪ੍ਰੋਬਲਮ, ਸਾਰੀਆਂ ਪ੍ਰੋਬਲਮਾਂ, ਔਰ ਬਦੋਵਾਲ ਦੋਨੇ ਉਹ, ਅਤੇ ਆਪਾਂ ਇੱਕ ਮਿੰਟ ਨਹੀਂ ਲਾਇਆ ਕੰਟੈਕਟ ਨੰਬਰ ਲੈਣ ਨੂੰ, ਅਤੇ ਉਹਨਾਂ ਨੂੰ ਮੈਂ ਦੱਸਦਾ ਵੀਰਵਾਰ ਵੀ ਮੈਂ ਆਉਣਾ ਵਾਂ, ਸ਼ਨੀਵਾਰ ਵੀ ਆਉਣਾ ਵਾਂ, ਇੰਨੀ ਗੱਲ ਨਹੀਂ ਹੋਈ, ਮਾੜਾ ਜਿਹਾ ਪੁੱਛਿਆ ਉਹਨਾਂ ਨੇ ਤੁਸੀਂ ਕੀ ਕਰਦੇ ਹੈਗੇ, ਮੈਂ ਕਿਹਾ ਮੈਂ ਹੈਲਥ ਦੇ ਕੰਮ ਕਰਦਾ ਹੈਗਾ, ਹੈਲੋ, ਰਾਈਟ। ਕਈ ਵਾਰੀ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਹੈਗਾ ਵੀ ਆਪਾਂ ਕੀ ਸੈਂਟੈਂਸ ਯੂਜ਼ ਕਰਨਾ ਹੈਗਾ, ਤਾਂ ਸਾਰੀਆਂ ਚੀਜ਼ਾਂ ਇੱਥੇ ਸਿੱਖੀਆਂ ਜਾਂਦੀਆਂ ਨੇ। ਥੋੜ੍ਹਾ ਜਿਹਾ ਲੋਕਾਂ ਨੂੰ ਦੇਖੋ, ਪਹਿਲਾਂ ਆਪਣੇ ਆਪ ਨੂੰ ਪੀਰੀਓ ਯੂਜ਼ ਕਰੋ, ਪ੍ਰੋਟੀਨ, ਡੇਲੀ ਮੇਕਅਪ, ਫਿੱਟ ਕਰੋ, ਔਰ ਫਿਰ ਦੇਖੋ ਤੁਹਾਨੂੰ ਤੁਹਾਡੀ ਬੋਡੀ ਫਿੱਟ ਹੋਏਗੀ ਤਾਂ ਫਿਰ ਹੀ ਕੰਮ ਕਰਨ ਨੂੰ ਜੀ ਕਰੇਗਾ, ਫਿਰ ਹੀ ਮਾਇੰਡ ਐਟੀਟਿਊਡ ਫਿਰ ਹੀ ਬਣੇਗਾ। ਹੈਲੋ, ਜੇ ਸਾਡੀ ਬੋਡੀ ਨਹੀਂ ਠੀਕ ਹੈ ਕਿ ਐਟੀਟਿਊਡ ਆਪਾਂ ਕਿਵੇਂ ਬਣਾ ਲਾਂਗੇ, ਬਣ ਜਾਏਗਾ ਜੀ। ਜੇ ਸਾਡੀ ਬੋਡੀ ਦਾ ਪ੍ਰੋਟੀਨ ਪੂਰਾ ਨਹੀਂ ਹੈਗਾ, ਵਿਟਾਮਿਨਸ ਪੂਰੇ ਨਹੀਂ ਹੈਗੇ, ਮਿਨਰਲਸ ਪੂਰੇ ਨਹੀਂ ਹੈਗੇ, ਅਸੀਂ ਐਟੀਟਿਊਡ ਕਿਵੇਂ ਬਣਾ ਲਾਂਗੇ।